ਜਿਉਂਦੇ ਰਹੋ। ਵਾਹਿਗੁਰੂ 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 ਵਾਹਿਗੁਰੂ। ਵਿਚਾਰ ਬੰਦ ਕਰੋ, ਵਿਚਾਰ ਬੰਦ ਕਰੋ, ਅੰਦਰੋਂ ਬਿਲਕੁਲ ਖਾਲੀ ਹੋ ਗਏ। ਵਾਹਿਗੁਰੂ ਕੋ ਥਾਂ ਪੈ ਜੂਗਾ। ਨੇਤਰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੋ। ਤਦ ਜਿੱਠੇ ਮਲ ਜਨਮ ਜਨਮ ਦੀ ਕੱਟੀਏ, ਦਰਸ਼ਨ ਪਰਸੇ ਹੈ ਗੁਰੂ ਕੇ। ਬੜਾ ਪੁੰਨ ਹੈ ਗੁਰੂ ਦੇ ਦੀਦਾਰ ਕਰਨ ਦਾ, ਦੇਖ ਸਰੂਪ ਪੂਰਨ ਪਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ। ਦੇਖੋ ਜਰਾ ਨੇਤਰਾਂ ਨਾਲ, ਸਾਰੇ ਬੋਲੋ। ਡੰਡੋਤ ਬੰਧਨ ਅਨਕ ਵਾਰ, ਸਰਬ ਕਲਾ ਸਰਬ ਕਲਾ ਡੋਲਣ ਤੇ ਡੋਲਣ ਤੇ ਨਾਨਕ ਨਾਨਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਸ਼ਰਨ ਤੁਮਾਰੀ ਨਾਨਕ ਕੇ ਪ੍ਰਭ ਸ਼ਰਨ ਤੁਮਾਰੀ ਆਇਓ ਕੇ ਪ੍ਰਭ ਸਾਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ। ਇੱਕ ਅੰਗ ਤੋਂ 1437 ਅੰਗ ਤੱਕ ਸੱਚ ਦਾ ਭਰਿਆ ਸਰੋਵਰ। ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ
ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਹੁਕਮਨਾਮਾ ਅੱਜ ਦਾ ਜਿਹੜਾ ਪੰਜਵੇਂ ਸਤਿਗੁਰਾਂ ਨੇ ਦਿੱਤਾ ਹੈ, ਉਮਕਿਓ ਹੀ ਉਹ ਮਿਲਣ ਪ੍ਰਭ ਤਾਈ। ਇੱਕ ਭਾਈ ਸਾਹਿਬ ਜੀ ਕੀਰਤਨ ਬੜਾ ਬਾ ਕਮਾਲ ਸ਼ਬਦਾਂ ਕਰਕੇ ਗਏ, ਜ਼ਰੂਰੀ ਹੈ ਇਹਨੂੰ ਸਮਝਣਾ। ਬਿਨ ਤੇਲ ਦੀਵਾ ਕਿਉਂ ਜਲੇ, ਤੇਲ ਤੋਂ ਬਿਨਾਂ ਕਿਸ ਤਰ੍ਹਾਂ ਜਗ ਸਕਦਾ ਹੈ। ਪੁੱਛਿਆ ਜੀ ਇਸ ਦੀਵੇ ਨੂੰ ਜਗਾਉਣ ਨੂੰ ਕਿਹੜਾ ਤੇਲ ਪਾਈਏ? ਆਖੋ ਹੈ ਗੁਰੂ। ਕਹਿੰਦੇ ਪੋਥੀਆਂ ਪੜ੍ਹਦੇ ਹੋ, ਪੋਥੀ ਵਿੱਚੋਂ ਬਾਣੀ ਪੜ੍ਹਦੇ ਹੋ, ਪੋਥੀ ਪ੍ਰਾਣ ਕਮਾਈ ਹੈ, ਜੋ ਉਹਦੇ 'ਚੋਂ ਪੜ੍ਹਿਆ ਉਹਦੀ ਕਮਾਈ ਕਰਨੀ ਹੈ। ਕੀ ਕਹਿੰਦੇ ਮੇਰੇ ਸਾਹਿਬ, ਉਹਨੂੰ ਕਮਾਉਣਾ ਹੈ। ਅੱਜ ਦਾ ਸਿੱਖ ਪੜ੍ਹਦਾ ਹੈ, ਬਾਣੀ ਕਹਿੰਦੀ ਝੂਠ ਨਹੀਂ ਬੋਲਣਾ, ਝੂਠ ਛੱਡ ਦੇਣਾ, ਇਹ ਆ ਹੁਣ ਕਮਾਈ। ਬਾਣੀ ਪਿਤਾ ਗੁਰਦੇਵ ਜੀ ਕਹਿੰਦੇ ਆ ਕਿਸੇ ਦਾ ਹੱਕ ਨਹੀਂ ਖਾਣਾ, ਛੱਡ ਦੋਗੇ ਤਾਂ ਸਮਝ ਲਓ ਬਾਣੀ ਦੀ ਕਮਾਈ ਹੋਣ ਲੱਗ ਪਈ। ਬਾਣੀ ਵਿੱਚ ਲਿਖਿਆ ਵੀ ਪਰਤਰਿਆ ਰੂਪ ਨਾ ਪੇਖੇ ਨੇਤਰ, ਜਿੱਦਣ ਤੋਂ ਛੱਡ ਦੋਗੇ ਇਹ ਕੁਝ ਕਿਸੇ ਦਾ ਸਰੂਪ ਦੇਖਣਾ, ਸਮਝ ਲੈਣਾ ਫਿਰ ਬਾਣੀ ਦੀ ਕਮਾਈ ਹੋਣ ਲੱਗ ਪਈ, ਜੋ ਅੱਜ ਪਿਤਾ ਜੀ ਕਹਿਣ ਡੈ। ਬਾਣੀ ਵਿੱਚ ਲਿਖਿਆ ਵੀ ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਜੇ ਅਸੀਂ ਬਾਣੀ ਪੜ੍ਹਨ ਵਾਲੇ ਹਾਂ, ਬਾਣੀ ਸੁਣਨ ਵਾਲੇ ਹਾਂ, ਵੀ ਇਹ ਕੁਝ ਛੱਡਿਆ ਨਹੀਂ, ਅਤੇ ਫਿਰ ਸਤਿਗੁਰੂ ਦੇ ਉਹ ਅੰਮ੍ਰਿਤ ਵਚਨ ਸਾਡੇ 'ਤੇ ਲਾਗੂ ਨਹੀਂ ਹੋਣਗੇ। ਪੜ੍ਹਦੇ ਰਹਾਂਗੇ, ਬਿਨ ਤੇਲ ਦੀਵਾ ਕਿਤਨਾ ਜਲੂ, ਤੇਲ ਕਾਹਦਾ ਸੀ? ਜੋ ਪੜ੍ਹਿਆ ਉਹਦੀ ਕਮਾਈ ਦਾ, ਪਤਾ ਲੱਗ ਰਿਹਾ ਜੀ, ਜੋ ਪੜ੍ਹਿਆ ਹੈ ਜੇ ਉਹ ਕਮਾਈ ਕਰਦੇ। ਵੀ ਬਾਣੀ ਇਹ ਕੁਝ ਕਹਿ ਰਹੀ, ਬਾਣੀ ਮੇਰੇ ਸਤਿਗੁਰੂ ਗਰੀਬ ਨੂੰ ਅੱਜ ਇਹ ਕੁਝ ਕਹਿ ਰਿਹਾ। ਬਾਣੀ ਉਹ ਹੈ ਜਿਹੜੀ ਬਾਬਾ ਬੁੱਢਾ ਸਾਹਿਬ ਪੜ੍ਹਦੇ ਸੀ, ਬਾਣੀ ਉਹ ਹੈ ਜਿਹੜੀ ਭਾਈ ਵਿਧੀ ਚੰਦ ਨੇ ਭੱਠੀ ਵਿੱਚ ਵਿਖ ਕੇ ਪੜ੍ਹੀ, ਪਤਾ ਜੇ ਕਿ ਨਹੀਂ ਇਤਿਹਾਸ ਦਾ, ਦੁਸ਼ਾਲੇ ਲੈਣ ਗਏ ਅਤੇ ਪੱਟੀ ਭੱਠ ਸਾਹਿਬ ਗੁਰਦੁਆਰਾ ਅਜੇ ਹੈਗਾ, ਚੌਂਕੜਾ ਮਾਰਿਆ ਸ੍ਰੀ ਜਪਜੀ ਸਾਹਿਬ ਆਰੰਭ ਕਰਤਾ। ਆਖੋ ਵਾਹਿਗੁਰੂ, ਜਪਜੀ ਸਾਹਿਬ ਆਰੰਭ ਕਰਤਾ, ਅੱਗ ਬਲਦੀ ਰਹੀ, ਇੱਕ ਵਾਲ ਤੱਕ ਨਹੀਂ ਵਿੰਗਾ ਹੋਇਆ ਅੱਗ ਵਿੱਚ ਬੈਠਿਆਂ। ਕਿੰਨੇ ਬਚਾ ਲਿਆ ਬਾਣੀ ਨੇ, ਕਿਉਂ? ਕਿਉਂਕਿ ਬਾਣੀ ਦੀ ਕਮਾਈ ਕੀਤੀ ਸੀ, ਜੋ ਬਾਣੀ ਕਹਿੰਦੀ ਸੀ ਉਹਦੇ ਅਕੋਰਡਿੰਗ ਜੀਵਨ ਬਣਾਇਆ ਸੀ। ਆਖੋ ਵਾਹਿਗੁਰੂ, ਹਾਂ ਤੇਰਾ ਨਹੀਂ,
ਹਾਂ ਤੇਰਾ ਤੂੰ ਮੇਰਾ ਬੋਲੋ। ਜਦੋਂ ਮੈਂ ਤੇਰਾ ਹੋ ਗਿਆ ਬੋਲੋ, ਖੁੱਲ ਕੇ ਬੋਲੋ। ਜਦੋਂ ਮੈਂ ਤੇਰਾ ਹੋ ਗਿਆ ਤੂੰ ਮੇਰਾ ਹੋ ਗਿਆ, ਬਸ ਇੰਨੀ ਕਹਾਣੀ। ਹਾਂ ਤੇਰਾ ਤੂੰ ਮੇਰਾ, ਆਖੋ ਵਾਹਿਗੁਰੂ। ਇਹ ਕੁਛ ਹੋ ਨਹੀਂ ਸਕਿਆ। ਮੈਂ ਉਹਦਾ ਨਾ ਹੋਇਆ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਹੋਇਆ ਸੀ। ਕੌਣ? ਬਾਬਾ ਬਿਧੀ ਚੰਦ ਸਾਹਿਬ ਹੋਇਆ ਸੀ, ਸੱਚੇ ਦਿਲੋਂ ਹੋਇਆ ਸੀ। ਉਹਨੇ ਕਿਹਾ ਭੱਠੀ ਆ ਮੇਰੇ ਕੋਲ, ਹੋਰ ਤੇ ਕੋਈ ਜਗ੍ਹਾ ਲੁਕਣ ਨੂੰ ਹੈ ਨਹੀਂ, ਛੁਪਣ ਨੂੰ ਹੈ ਨਹੀਂ। ਅਤੇ ਬੜੀ ਦਲੇਰੀ ਨਾਲ ਕਿਹਾ ਵੀ ਤੂੰ ਚੁੱਕ ਭੱਠੀ ਦੇ ਉੱਤੋਂ, ਇਹ ਕੜਾਹੀ ਚੁੱਕ, ਮੈਂ ਭੱਠੀ 'ਚ ਬਹਿਨਾ। ਉਹਨੇ ਕਿਹਾ ਸੜ ਜਾਏਗਾ। ਕਹਿੰਦਾ ਆਪ ਉਹ ਬਚਾਓ, ਜਦੋਂ ਮੈਂ ਪੋਤਾਂ ਉਹ ਬਚਾਓ ਅਤੇ ਬਚਾਇਆ। ਜਦੋਂ ਤੁਸੀਂ ਕਮਾਈ ਕਰਨੀ ਸ਼ੁਰੂ ਕਰਦੇ ਹੋ, ਸਮਝ ਲਓ ਇਹ ਕਮਾਈ ਦਾ ਤੇਲ ਦੀਵੇ ਵਿੱਚ ਪੈ ਗਿਆ। ਦੀਵੇ 'ਚ ਕੋਈ ਸਮਝ ਵੀ ਲੱਗ ਰਹੀ ਕਿ ਨਹੀਂ? ਸੁਚੇਤ ਹੋ ਕੇ ਸੁਣੋ, ਦੀਵੇ ਦੇ ਵਿੱਚ ਕੀ ਕਿਹਾ ਸੀ? ਤੇਲ ਚਾਹੀਦਾ, ਤੇਲ ਪੈ ਗਿਆ। ਹੁਣ ਕਮਾਈ ਕਰਨੀ ਸ਼ੁਰੂ ਕਰਤੀ ਅਤੇ ਉਸ ਕਮਾਈ ਦੇ ਦੀਵੇ ਦੇ ਤੇਲ ਦੇ ਵਿੱਚ ਇੱਕ ਚੀਜ਼ ਹੋਰ ਦੀ ਜ਼ਰੂਰਤ ਪਈ, ਵੱਟੀ ਦੀ। ਦੀਵੇ 'ਚ ਕੀ ਚਾਹੀਦੀ? ਹੁਣ ਵੱਟੀ ਵੀ ਬੋਲ ਕੇ ਗਏ ਨੇ ਭਾਈ ਸਾਹਿਬ, ਆਪਾਂ ਕਿੰਨਿਆਂ ਕਿੰਨੇ ਸੁਣਿਆ। ਭਾਈ ਸਾਹਿਬ ਜੀ, ਇਹਨਾਂ ਨੂੰ ਐਕਸਰਸਾਈਜ਼ ਕਰਨ ਦਿਓ, ਤੁਹਾਨੂੰ ਤਾਂ ਬਾਣੀ ਕੰਠ। ਇਹਨਾਂ ਨੂੰ ਦਿਮਾਗ ਵਿੱਚੋਂ ਖਿੱਚ ਖਿੱਚ ਕੇ ਲਿਆਉਣ ਦਿਓ, ਮੈਂ ਕੀ ਸੁਣਿਆ ਭਲਾ ਬਾਣੀ 'ਚੋਂ। ਕਾਹਦੀ ਵੱਟੀ? ਡਰਦੀ। ਡਰੋ ਗੁਰੂ ਗ੍ਰੰਥ ਸਾਹਿਬ ਕੋਲੋਂ, ਇਹ ਜਿਉਂਦਾ ਜਾਗਦਾ ਗੁਰੂ ਆ। ਆਖੋ ਵਾਹਿਗੁਰੂ। ਜਿਉਂਦਾ ਜਾਗਦੇ ਗੁਰੂ ਸਾਹਿਬਾਨ ਨੇ ਸਾਡੇ। ਡਰ ਰੱਖੋ ਮਨ ਵਿੱਚ, ਭੈ ਰੱਖੋ। ਆਖੋ ਵਾਹਿਗੁਰੂ। ਭਾਉ ਵੱਟੀ ਇੱਤ ਤਨ ਪਾਈਏ। ਅਤੇ ਜਦੋਂ ਪੜ੍ਹਿਆ ਜੇ, ਸੁਣਿਆ ਜੇ, ਇਹਦੇ ਵਿੱਚ ਤਾਂ ਸੱਚ ਹੈ। ਸੱਚ ਬੂਝਣ ਆਣ ਜਲਾਈਏ, ਇਹਦੇ ਵਿੱਚ ਜੋ ਸੱਚ ਸੁਣਿਆ ਜੀ ਉਹਨੂੰ ਬੁੱਝੋ। ਸੱਚ ਬੁੱਝਣ, ਸੱਚ ਬੁੱਝੋ ਵਿੱਚ ਕੀ ਲਿਖਿਆ? ਇੱਥੇ ਗੜਬੜ ਹੋ ਗਈ ਗੁਰੂ ਦੇ ਹੁੰਦਿਆਂ। ਆਖੋ ਵਾਹਿਗੁਰੂ। ਸਤਿਗੁਰ ਇੱਕ ਇੱਕ ਸਾਡੀ ਸਿੱਖ ਕੌਮ ਆ ਜਿਹਨਾਂ ਦਾ ਗੁਰੂ ਇਸ ਵੇਲੇ ਸੁਭਾਏਮਾਨ ਆ ਧਰਤੀ 'ਤੇ। ਨਹੀਂ ਕੋਈ ਮੁਹੰਮਦ ਸਾਹਿਬ ਨੂੰ ਮੰਨਦਾ ਹੈ, ਆਖੋ ਵਾਹਿਗੁਰੂ। ਕੋਈ ਜੀਸਸ ਨੂੰ ਮੰਨਦਾ ਹੈ, ਮਗਰ ਜੀਸਸ ਇਸ ਵੇਲੇ ਪ੍ਰੈਜੈਂਟ ਨਹੀਂ, ਹਾਜ਼ਰ ਨਹੀਂ। ਅਸੀਂ ਜਿਹਨੂੰ ਗੁਰੂ ਮੰਨਦੇ ਹਾਂ, ਰਾਮਚੰਦਰ ਜੀ, ਕ੍ਰਿਸ਼ਨ ਜੀ, ਜਿਹੜੇ ਸਤਿਕਾਰਯੋਗ ਨੇ ਹਰ ਇੱਕ ਦੇ, ਮਗਰ ਇਸ ਵੇਲੇ ਬੋਲੋ ਹਾਜ਼ਰ ਨਹੀਂ। ਅਸੀਂ ਜਿਹਨੂੰ ਗੁਰੂ ਮੰਨਦੇ ਹਾਂ ਕਿ ਜ਼ਾਹਰ ਜ਼ਹੂਰ ਹੈ, ਅਤੇ ਇਹ ਵੀ ਪੜ੍ਹਦੇ ਆ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਤੇ ਸੇਵਕ ਜਨ ਮਾਨੇ। ਅੱਗੇ ਪੜ੍ਹੋ ਪ੍ਰਤੱਖ ਸਾਹਮਣੇ। ਉਹ ਸੱਚ ਬੁੱਝਣ ਆਣ ਜਲਾਈਏ ਜਿਹੜਾ ਸੀ ਨਾ, ਉਹ ਬਾਣੀ ਦੇ ਵਿੱਚੋਂ ਸੱਚ ਨੂੰ ਅਸੀਂ ਬੁੱਝਿਆ ਨਹੀਂ, ਨਹੀਂ ਨਾ ਬੁੱਝਿਆ। ਬੋਲੋ ਨਾ, ਸੱਚ ਦੱਸ ਦਿਓ ਗੁਰੂ ਸਾਹਿਬ ਦੇ ਕੋਲ, ਜੋ ਬਾਣੀ ਕਹੀ ਉਹਦੇ ਅਕੋਰਡਿੰਗ ਚੱਲਦੇ ਆਪਾਂ। ਨਿੰਦਾ ਨਹੀਂ ਕਰਨੀ ਕਿਸੇ ਦੀ, ਹਟ ਗਏ, ਚੁਗਲੀ ਨਹੀਂ ਕਰਨੀ ਕਿਸੇ ਦੀ, ਕਿਸੇ ਦਾ ਪੈਸਾ ਨਹੀਂ ਖਾਣਾ। ਹੱਕ ਪਰਾਇਆ ਨਾਨਕਾ ਉਸ ਸੂਅਰ, ਪੜ੍ਹਿਆ ਹੈ, ਸਭ ਕੁਝ ਕੀਤਾ ਹੈ, ਮਗਰ ਜਿੱਥੇ ਕਿਤੇ ਦਾ ਲੱਗਦਾ ਹੈ ਹੱਕ ਖਾ ਹੀ ਜਾਂਦੇ ਹਾਂ ਨਾ ਲੋਕਾਂ ਦਾ।
ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੀਵਾ ਤਾਂ ਜਪ ਸਕਦਾ ਹੈ, ਬਿਨ ਤੇਲ ਦੀਵਾ ਇਉਂ ਜਲੇ, ਕਰ ਚਾਨਣ ਸਾਹਿਬ ਤਉ ਮਿਲੇ। ਚਾਨਣ ਕਰਕੇ ਸਾਹਿਬ ਮਿਲੂਗਾ ਤੈਨੂੰ, ਦੀਵਾ ਜਗੂਗਾ ਜਦੋਂ ਤੂੰ ਇਹਦੇ ਵਿੱਚ ਸੱਚ ਬੁੱਝ ਲਿਆਂਗਾ ਵਾਹਿਗੁਰੂ 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 ਮਨ ਨੂੰ ਟਿਕਾਓ, ਟਿਕਾਓ ਪਹਿਲੋ ਇਹਨਾਂ ਵਾਹਿਗੁਰੂ 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 ਵਿਚਾਰ ਲੋਕੋ ਵਿਚਾਰ ਲੋਕੋ ਵਾਹਿਗੁਰੂ 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 ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਤਾਰਾ ਜੁੜ ਗਈਆਂ ਵਾਹਿਗੁਰੂ ਇੱਕ ਛੇ ਨਹੀਂ ਬੜਾ ਇੱਕ ਚਿੱਤ ਚ ਇੱਕ ਛਿੰਨ ਦਿਓ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਸਤਨਾਮ ਸੇਵਾ ਇੰਨੀ ਤਾਂ ਕੋਸ਼ਿਸ਼ ਕਰੋ ਇੱਕ ਚਿੱਤ ਜਿਹੇ ਇੱਕ ਛਿੰਨ ਵੀ ਨਹੀਂ ਜਦੋਂ ਤੁਸੀਂ ਵਾਹੇ ਨੂੰ ਸਹੀ ਬੋਲੋਗੇ ਗੋ ਤੇ ਰੂਹ ਨੂੰ ਬੋਲੋਗੇ ਬਹੁਤੀ ਵਾਰ ਸਿਮਰਨ ਕਰਨ ਵਾਲੇ ਇਸ ਤਰ੍ਹਾਂ ਬੋਲਦੇ ਵਾਹਿਗੁਰੂ ਗੁਰੂ ਸ਼ਬਦ ਪੂਰਾ ਨਹੀਂ ਬੋਲਿਆ ਜਾਂਦਾ ਕੋਸ਼ਿਸ਼ ਕਰੋ ਵਾਹੇ ਗੁਰੂ ਪੂਰਾ ਕਹਿਣ ਗੋ ਰੂ ਵਾਹ ਹੇ ਗੁਰੂ ਵਾਹ ਹੇ ਗੁਰੂ
ਵਾਹਿਗੁਰੂ, 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 ਵਾਹਿਗੁਰੂ। ਇੰਨੀ ਕਿਰਪਾ ਰੱਖਿਓ, ਆਖੋ ਵਖ ਜਦੋਂ ਤੁਸੀਂ ਇਸ ਤਰ੍ਹਾਂ ਬੋਲੋਗੇ, ਬੱਬੇ ਨੂੰ ਕੰਨਾਂ ਬੁਲਾਓਗੇ, ਹਾਹੇ ਦੀ ਸਿਆਰੀ ਦਾ ਖਿਆਲ ਰੱਖੋਗੇ, ਚੇਤਾ ਕਰਿਓ ਜੀ ਖਾਲਸਾ ਜੀ, ਬੱਬੇ ਨੂੰ ਕੰਨੇ ਦਾ ਖਿਆਲ ਰੱਖੋਗੇ ਵੀ ਮੈਂ ਬੱਬੇ ਦੇ ਨਾਲ ਕੰਨਾਂ ਲਾਉਣਾ ਹੈ, ਹਾਹੇ ਨੂੰ ਗੂ ਗੱਗੇ ਦੇ ਥੱਲੇ ਔਂਕੜ ਲਾਉਣਾ ਹੈ, ਅਤੇ ਰੂਹ ਦੇ ਰਾਰੇ ਦੇ ਥੱਲੇ ਦਲੌਂਕੜ, ਐਨਰਜੀ ਬਾਹਰ ਨਹੀਂ ਜਾਊਗੀ, ਨਹੀਂ ਪਤਾ ਲੱਗਾ। ਜਿਹੜੀ ਚੇਤਨਤਾ ਭੱਜਦੀ ਹੈ ਨਾ ਬਾਹਰ, ਉਹ ਚੇਤਨਤਾ ਜਿਹੜੀ ਐਨਰਜੀ ਨੇ ਬਾਹਰ ਲੈ ਕੇ ਜਾਣੀ, ਹੁਣ ਉਹ ਕੰਨੇ 'ਤੇ, ਬਿਹਾਰੀ 'ਤੇ, ਔਂਕੜ 'ਤੇ, ਥੱਲੇ ਦਲੌਂਕੜ 'ਤੇ ਲੱਗ ਗਈ ਆ, ਅਤੇ ਇਹ ਵੇਖਣਾ ਬਹੁਤਾ ਚਿਰ ਨਹੀਂ। ਅੱਖ ਦੇ ਚਮੱਕੇ ਨੂੰ ਛਿੰਨ ਕਹਿੰਦੇ, ਹਾਂਜੀ ਕਿਹਨੂੰ ਕਹਿੰਦੇ, ਇੰਨਾ ਚਿਰ ਵੀ ਨਹੀਂ ਵੇਖਿਓ, ਕਰਦਿਆਂ ਕਰਦਿਆਂ ਕਿਸ ਦਿਨ ਉਹ ਭਾਗਾਂ ਵਾਲੀ ਧੀਏ ਘੜੀ ਆ ਜਾਣੀ, ਜਿਹਦੇ ਨਾਲ ਇੱਕ ਚਿੱਤ ਇੱਕ ਛਿੰਨ ਕਿਤੇ ਜੱਪਿਆ ਜਾਣਾ ਹੈ। ਕੋਸ਼ਿਸ਼ ਕਰੋ, ਜਿੰਨਾ ਸੌਖਾ ਰਾਹ ਇਸ ਘਰ ਵਿੱਚ ਆ, ਬਾਹਰ ਜਾਓ, ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਰੜਾਇਆ, ਮਹਾਂ ਭਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ, ਵਲ ਫਿਰ ਨਹੀਂ ਪਾਏ ਤੁਹਾਨੂੰ। ਆਖੋ ਵਾਹਿਗੁਰੂ। ਰੁਮਾਲ ਵਾਲਾ ਸਮਝਦਾ ਹੈ ਵਲ ਫਿਰ ਦੀ ਕਹਾਣੀ, ਤੈਨੂੰ ਕਹਿ ਰਿਹਾ, ਤੈਨੂੰ ਪਤਾ ਲੱਗਾ ਮੈਂ ਕੀ ਕਿਹਾ, ਮੇਰਾ ਵਲ ਫੇਰ ਪਾ ਕੇ ਗੱਲਾਂ ਘੁਮਾ ਕੇ ਦੱਸਣੀਆਂ। ਗੁਰੂ ਨੇ ਸਿੱਧਾ ਜਿਹਾ ਕਿਹਾ, ਇੱਕ ਚਿੰਨ ਇੱਕ ਛਿੰਨ ਇੱਕ ਚਿੱਤ ਕਿਤੇ ਇੱਕ ਵਾਰ ਕਹਿ ਦੇ ਵਾਹਿਗੁਰੂ, ਬਸ ਕਲਾਸੀ ਹੋ ਗਈ। ਇੰਨਾ ਸੌਖਾ ਰਸਤਾ, ਮਹਾਂਭਿਆਨ ਅੰਧਕਾਰ ਮੈਂ, ਭਿਆਨਕ ਅੰਧਕਾਰ ਇਸ ਵੇਲੇ ਹੈਗਾ ਕਿ ਨਹੀਂ ਬੋਲੋ, ਚਾਰ ਸਵੇਰੇ ਕੀ ਹੈ, ਹਾਂ ਭਾਲਵ ਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ, ਕਿਸੇ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਮੇਰਾ ਗੁਰੂ ਕਹਿੰਦਾ ਆ ਮੈਂ ਚਾਨਣ ਕਰਕੇ ਦੱਸਾਂ, ਇੱਕ ਚੇਤੀ ਤੇ ਜਪਣਾ ਹੈ। ਚਲੋ ਫਿਰ ਕੋਸ਼ਿਸ਼ ਕਰੋ, ਵਾਹਿਗੁਰੂ, 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 ਕੱਪੜੇ ਧੋ ਮਿਲਣੇ, ਸਾਰੇ ਕੱਪੜੇ ਧੋ ਮਿਲਣੇ, ਜਨਮਾਂ ਦੀ ਮੈਲ ਲੱਥ ਜਾਣੀ। ਆਪਣੀ ਸੁਰਤ ਨੂੰ ਬਾਹਰ ਕੌਣ ਕੌਣ ਹੁਕਮਨਾਮਾ ਪੜ੍ਹ ਕੇ ਆਇਆ, ਤਕੜਾ ਕਰੋ ਭਲਾ, ਸ਼ਾਬਾਸ਼ ਤੁਹਾਡੀ ਚੁੱਤੀ ਹੋ।
ਹੁਕਮਨਾਮਾ ਜਿਹੜਾ ਬਾਹਰ ਲਿਖਿਆ ਪੜ੍ਹਿਆ ਜੇ, ਪੜ੍ਹਿਆ ਕਰੋ। ਜਿਸ ਗੁਰਦੁਆਰੇ ਸਾਹਿਬਾਨ ਜਾਓ, ਸਭ ਤੋਂ ਪਹਿਲਾਂ ਹੱਥ ਧੋ ਕੇ, ਹੱਥ ਜੋੜ ਕੇ, ਜਦੋਂ ਸਵੇਰੇ ਤਖ਼ਤ 'ਤੇ ਸਰਕਾਰ ਬੈਠੀ ਹੈ ਤਾਂ ਪਹਿਲਾ ਬੋਲ ਕੀ ਬੋਲਿਆ ਪਤਾ ਲੱਗਾ ਜੀ, ਸਾਹਿਬ ਨੇ ਪਹਿਲਾ ਅੰਮ੍ਰਿਤ ਬੋਲ ਕੀ ਬੋਲਿਆ। ਅੱਜ ਵਾਲੇ ਬੋਲ ਬੋਲੇ ਨੇ ਸਰਕਾਰ ਨੇ ਵੀ ਇੱਕ ਦਿਨ ਜੀਵ ਆਤਮਾ ਦੇ ਅੰਦਰ ਉਮਕਿਓ, ਉਮਾਹ ਆਇਆ, ਉਮਾਹ ਚਾਹ ਉੱਠਿਆ, ਕਿਹੜੀ ਗੱਲ ਦਾ, ਮਿਲਣ ਪ੍ਰਭ ਤਾਈ ਨਹੀਂ ਪਤਾ ਲੱਗ ਰਿਹਾ ਗੁੜੀਆ ਨਹੀਂ, ਫਿਰ ਦੱਸਦਾ। ਇੱਕ ਦਿਨ ਚਾਹ ਪੈਦਾ ਹੋਇਆ, ਇੱਥੋਂ ਦੀ ਜਾਂ ਪੜ੍ਹੇ ਗਏ ਮੀਆਂ ਦੀ, ਫਿਰ ਤਾਂ ਸਮਝ ਲੈਂਗੀ। ਇੱਕ ਦਿਨ ਚਾਹ ਪੈਦਾ ਹੋਇਆ ਵੀ ਰੱਬ ਨੂੰ ਮਿਲਾਂ, ਉਮਕਿਓ, ਉਮਾਹ ਆਇਆ, ਉਮਕਿਓ ਦਾ ਮਤਲਬ ਉਮਾਹ ਆਇਆ। ਆਪਾਂ ਕਹਿੰਦੇ ਵੀ ਇਹਦੇ ਅੰਦਰ ਬੜਾ ਉਮਾਹ ਹੈ, ਕਾਹਦੇ ਲਈ, ਮਿਲਣ ਪ੍ਰਭ ਤਾਂ ਹੀ ਪਰਮੇਸ਼ੁਰ ਨੂੰ ਕੀ ਹੋਇਆ, ਹੌਲੀ ਬੋਲੇ ਆਇਆ ਨਹੀਂ, ਚਾਹ ਚੜ੍ਹ ਗਿਆ ਵੀ ਇੱਥੇ ਹੀ ਤੁਰਿਆ ਫਿਰਦਾ ਸ੍ਰਿਸ਼ਟੀ 'ਤੇ। ਕਿਸੇ ਨੇ ਆਖਿਆ ਉਹ ਗਿਆ ਨਹੀਂ ਕਿਤੇ, ਇੱਥੇ ਹੀ ਆ, ਨਹੀਂ ਪਤਾ ਲੱਗਾ, ਉਹ ਸੱਤਵੇਂ ਅਸਮਾਨ 'ਤੇ ਨਹੀਂ ਕਿਤੇ। ਜੈ ਜੈ ਭੇਖੋ, ਹਰ ਜਗ੍ਹਾ 'ਤੇ ਆ। ਨਮੋ ਸਰਬ ਦੇਸੇ, ਤੁਸੀਂ ਭੱਜਦੇ ਹੋ ਵੀ ਆਪਾਂ ਉੱਥੇ ਜਾ ਕੇ ਵੇਖਾਂਗੇ, ਉੱਥੇ ਨਹੀਂ, ਇੱਥੇ ਵੀ ਆ, ਇੱਥੇ ਉੱਥੇ ਦਿਸੇ ਨਾਲੇ, ਇੱਥੇ ਉੱਥੇ ਤੇਰੇ ਕੋਲ ਨਾਲ ਖੜਾ ਹੈ। ਹਰ ਸਾਜਨ ਸਭ ਕੇ ਲੱਭਣ ਤੁਰੀ, ਖੋਜਤ ਚਰਿਓ, ਸਵੇਰੇ ਉੱਠੀ ਤੇ ਕਹਿੰਦੀ ਹੁਣ ਮੈਂ ਲੱਭ ਕੇ ਲਿਆਉਣਾ, ਦੇਖੋ ਪਿਰਿਆ ਜਾਈ, ਦੇਖਾਂ ਮੇਰਾ ਪਤੀ ਪਰਮੇਸ਼ੁਰ ਕਿਤਨਾ ਦਾ ਹੈ। ਸਵੇਰੇ ਤੁਰ ਪਈ ਉੱਠ ਕੇ, ਹੁਕਮਨਾਮਾ ਪੜੂਗਾ, ਆਖੋ ਵਾਹਿਗੁਰੂ, ਖੋਜਤ ਚਰਿਓ, ਦੇਖੋ ਪਿਰਿਆ ਜਾਈ, ਭਰਮ ਭਰਮ ਆਇਓ, ਭਰਮ 'ਚ ਪਈ ਸੀ ਅਤੇ ਲਾਗੇ ਖਲੋਤਾ ਨਜ਼ਰ ਨਾ ਆਇਆ, ਆਖੋ ਵਾਹਿਗੁਰੂ, ਭਰਮ 'ਚ ਪੈ ਗਈ ਅਤੇ ਲਾਗੇ ਹੀ ਖਲੋਤਾ, ਉਹ ਕਹਿੰਦਾ ਸੀ ਤੇਰੇ ਨਾਲ ਆ, ਚੌਵੀ ਘੰਟੇ ਤੇਰੇ ਨਾਲ ਆ, ਪਰਛਾਵਾਂ ਤਾਂ ਕਿਸੇ ਵੇਲੇ ਗਾਇਬ ਹੋ ਜਾਂਦਾ, ਉਹ ਤਾਂ ਉਹ ਵੀ ਨਹੀਂ ਗਾਇਬ ਹੁੰਦਾ, ਇੱਕ ਦਿਨ ਪਰਛਾਵਾਂ ਗਾਇਬ ਹੋ ਜਾਂਦਾ ਆਪਣਾ, ਕਿੱਦਣ ਹੁੰਦਾ ਪੁੱਤ ਦੱਸ, ਹਾਂਜੀ ਹਨੇਰਾ ਨਹੀਂ ਦਿਨੇ ਹੁੰਦਾ, ਇੱਕ ਘੜੀ ਜ਼ਿੰਦਗੀ 'ਚ ਆਉਂਦੀ ਜਦੋਂ ਤੁਹਾਡਾ ਪਰਛਾਵਾਂ ਮੀਂਹ ਤੁਹਾਡੇ ਤੋਂ ਗਾਇਬ ਹੋ ਜਾਂਦਾ, ਜਦੋਂ ਸੂਰਜ ਸਿਰ 'ਤੇ ਆਉਂਦਾ, ਨਹੀਂ ਪਤਾ ਲੱਗਾ ਜੀ। ਉਹ ਨਗਾਰੇ ਕੋਲ ਬੈਠੇ ਸਿੰਘ ਨੂੰ ਕੀ ਭਲਾ ਮੈਂ ਆਖਿਆ, ਜਦੋਂ ਸੂਰਜ ਪਿਛਲੇ ਪਾਸੇ ਸੀ ਉਹਨਾਂ ਪਰਛਾਵਾਂ ਵੱਡਾ ਸੀ, ਜਿਉਂ ਜਿਉਂ ਸੂਰਜ ਕੋਲ ਆਉਂਦਾ ਗਿਆ ਪਰਛਾਵਾਂ ਘੱਟਦਾ ਗਿਆ, ਛੋਟਾ ਹੁੰਦਾ ਗਿਆ, ਕਦੀ ਇਹੋ ਜਿਹੀ ਗੱਲ ਸੋਚਦੇ ਕਿ ਨਹੀਂ। ਇਹ ਕਹਾਣੀ ਪਾਗਲਾਂ ਦੀ ਆ, ਸਿਆਣਾ ਬੰਦਾ ਤੇ ਹੋਰ ਨਾ ਸਿਆਣਪਾਂ 'ਚ ਇੰਨਾ ਡੁੱਬਾ ਪਿਆ ਹੈ, ਕਿੱਥੇ ਇਹਨੂੰ ਇਹਨਾਂ ਗੱਲਾਂ ਦਾ ਚੇਤਾ ਹੈ ਕਿ ਕਦੀ ਪਰਛਾਵੇਂ ਆਪਣੇ ਨੂੰ ਵੇਖੇ, ਜਦੋਂ ਸੂਰਜ ਚੜ੍ਹਿਆ ਬੰਦਾ ਓਡਾ ਕੀ ਆ, ਮੇਰੇ ਕਿੱਡਾ ਕੱਦ ਆ, ਪਰਛਾਵਾਂ ਕਿੰਨੇ 20-22 ਫੁੱਟ ਦਿਸ ਰਿਹਾ। ਜਿਉਂ ਜਿਉਂ ਸੂਰਜ ਲਾਗੇ ਆਉਂਦਾ ਗਿਆ ਪਰਛਾਵਾਂ ਛੋਟਾ ਹੁੰਦਾ ਗਿਆ, ਇੱਕ ਘੜੀ ਆਇਆ ਸਿਰ ਦੇ ਉੱਤੇ ਪਰਛਾਵਾਂ ਆ ਗਿਆ, ਸੂਰਜ ਬਿਲਕੁਲ ਗਾਇਬ ਹੋ ਗਿਆ, ਪਰਛਾਵਾਂ ਬਿਲਕੁਲ ਗਾਇਬ ਹੋ ਗਿਆ। ਇਸੇ ਤਰ੍ਹਾਂ ਜਿੰਨਾ ਚਿਰ ਗਿਆਨ ਤੁਹਾਡੇ ਪਿਤਾ ਜੀ ਦੇ ਕੋਲ ਆ, ਇੱਥੇ ਆ,
ਤੁਸੀਂ ਤੇ ਗੁਰੂ ਦੂਰ ਦੂਰ ਬੈਠੇ ਹੋ ਤੇ ਤੁਹਾਡਾ ਪਰਛਾਵਾਂ ਤੁਹਾਡੀ ਹੋਮੇ ਬੜੀ ਦਿਸ ਰਹੀ। ਜਿਉਂ ਜਿਉਂ ਤੁਸੀਂ ਲਾਗੇ ਆ ਜਾਊਗਾ ਗੁਰੂ ਦਾ ਗਿਆਨ ਤੁਹਾਡੀ ਖੋਪਰੀ 'ਚ ਆ ਜਾਊਗਾ, ਹੋਮੇ ਗਾਇਬ ਹੋ ਜਾਊਗੀ। ਨਹੀਂ ਪਤਾ ਲੱਗ ਰਿਹਾ ਹੋਮੇ ਕਦੋਂ? ਗਿਆਨ ਖੋਪਰੀ 'ਚ ਆ ਗਿਆ, ਸੂਰਜ ਵੀ ਸਿਰ 'ਤੇ ਆ ਗਿਆ ਅਤੇ ਆਹ ਪਰਛਾਵਾਂ ਦੁਨਿਆਵੀ ਦਿਸਦਾ ਖਤਮ ਹੋ ਜਾਂਦਾ ਹੈ। ਅਤੇ ਜਿੱਦਣ ਕਿਸੇ ਸਿੱਖ ਨੂੰ ਗਿਆਨ ਉਹਦੀ ਖੋਪਰੀ 'ਚ ਉੱਤਰ ਜਾਂਦਾ ਹੈ ਉਦੋਂ ਉਹਦੀ ਹੋਮੇ ਖਤਮ ਹੋ ਜਾਂਦੀ, ਦੂਰ ਹੋ ਜਾਂਦੀ। ਖੋਜਤ ਚਰਿਓ ਦੇਖੋ ਪਿਰ ਜਾਈ, ਪ੍ਰਮ ਪ੍ਰਮ ਆਇਓ ਤੋ ਨਜ਼ਰ ਨਾ ਪਾਈ। ਕਿਨਬਿਧ ਹੀਰੋ ਧੀਰੇ ਨਮਾਨੋ, ਕਿਹੜਾ ਤਰੀਕਾ ਜਿਹਦੇ ਨਾਲ ਮੇਰਾ ਨਮਾਣਾ ਹਿਰਦਾ ਕਿਤੇ ਧੀਰਜ ਕਰੇ ਤੇ ਰੋਂਦੀ ਫਿਰਦੀ ਆ। ਮਿਲ ਸਾਜਨ ਹੋ ਤੁਝ ਕੁਰਬਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ, ਮਿਲ ਸੁਣ ਸੱਜਣ ਪ੍ਰੀਤਮ ਮੇਰਿਆ, ਸੁਣ ਸੱਜਣ ਪ੍ਰੀਤਮ ਮੇਰਿਆ, ਸੁਣ ਮੈਂ ਸਤਿਗੁਰ ਦੇ ਦਿਖਾਲ, ਮੈਂ ਸਤਿਗੁਰ ਦੇ ਦਿਖਾਲ, ਮੈਂ ਸਤਿਗੁਰ ਦੇ ਦਿਖਾਲ। ਮਿਲ ਸਾਜਨ ਬੋਲੋ, ਹਾਂ ਤੁਝ ਕੁਰਬਾਨੋ, ਮੈਂ ਤੇਰੇ ਤੋਂ ਲਾਗੇ ਆ ਗਿਆ ਕੋਈ। ਆਖੋ ਵਾਹਿਗੁਰੂ, ਉਹਨੇ ਆਖਿਆ ਨੀ ਕਮਲੀਏ ਕਿੱਥੇ ਲੱਭਦੀ ਫਿਰਦੀ ਹੈ, ਇੱਕੇ ਛੇਜ ਤੇ ਦੋਵੇਂ ਲੰਮੇ ਪੈ ਜੇ, ਬਰੀਕ ਹੈ ਵਿਸ਼ਾ। ਤੂੰ ਸਮਝੇਗੀ ਦਿੱਲੀ ਵਾਲੀ, ਸਮਝਿਓ ਬਰੀਕੀ ਨਾਲ ਸਮਝੋ, ਸ਼ਬਦ ਬਰੀਕ ਨੇ। ਮੋਟੀ ਕਥਾ ਕੋਈ ਸਾਖੀ ਸੁਣਾਉਣੀ ਹੋਵੇ ਸੱਚਮੁੱਚ ਤੁਹਾਡੀ ਉਸੇ ਵੇਲੇ ਸਮਝ ਪੈ ਜਾਓ, ਇਹ ਸ਼ਬਦ ਦੀ ਸਾਖੀ ਆ, ਇੱਕ ਬੰਦੇ ਦੇ ਸਰੀਰ ਦੀ ਸਾਖੀ ਆ, ਇੱਕ ਜਿਹਦਾ ਸਰੀਰ ਨਹੀਂ ਉਹਦੀ ਸਾਖੀ ਹੈ। ਉਹਨੂੰ ਸਮਝਣ ਲਈ ਬੜੀ ਕਮਾਈ ਚਾਹੀਦੀ ਹੈ। ਕਿਹਦੀ? ਜਿਹਦਾ ਸਰੀਰ ਨਹੀਂ, ਜਿਹਦੇ ਵਿੱਚੋਂ ਅੰਮ੍ਰਿਤ ਵਰਸਦਾ ਹੈ, ਸਰੀਰ ਦੀ ਸਾਖੀ ਵਿੱਚੋਂ ਅੰਮ੍ਰਿਤ ਨਹੀਂ ਵਰਸਦਾ, ਸ਼ਬਦ ਦੀ ਸਾਖੀ ਵਿੱਚੋਂ ਅੰਮ੍ਰਿਤ ਵਰਸਦਾ ਹੈ। ਮਗਰ ਬਦਕਿਸਮਤੀ ਸੁਣਾਈਆਂ ਹੀ ਸਾਖੀਆਂ ਇੰਨੀਆਂ ਗਈਆਂ ਨੇ, ਅਸੀਂ ਸਰੀਰ ਦੀ ਸਾਖੀ 'ਤੇ ਬਿਲਕੁਲ ਟਿਕ ਜਾਂਦੇ ਹਾਂ, ਐਂ ਸੁਣ ਸਾਰਾ ਪਰਿਵਾਰ ਹੋ ਜਾਂਦਾ, ਬੈਠੇ ਬੈਠੇ ਹੋ ਜਾਂਦੇ ਹਾਂ ਵੀ ਬੱਲੇ 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 ਬਾਬਾ ਜੀ ਫਿਰ ਉੱਥੇ ਗਏ, ਬਾਬਾ ਜੀ ਉੱਥੇ ਗਏ, ਉਹ ਆ ਉਹ, ਨਾ ਨਾ, ਇੱਥੇ ਤਾਂ ਪੂਰੀ ਦੀ ਪੂਰੀ ਇਕਾਗਰਤਾ ਚਾਹੀਦੀ, ਐਨਰਜੀ ਚਾਹੀਦੀ ਸਮਝਣ ਨੂੰ। ਉਹਨੇ ਕਿਹਾ ਨਹੀਂ ਕਮਲੀਏ ਲੱਭਦੀ ਫਿਰਦੀ ਹੈ। ਇੱਕੋ ਹੀ ਗੱਲ ਬੜੀ ਪਿਆਰ ਦੀ ਦੱਸਦਾ ਵਾਂ ਵੀ ਛੇਜ 'ਤੇ ਇੱਕ ਹੀ ਵਿਸ਼ੀ ਹੈ, ਜਿੱਥੇ ਤੁਸੀਂ ਦੋਵੇਂ ਸੁੱਤੇ ਦਿਸਦਾ ਕਿਉਂ ਨਹੀਂ? ਨਹੀਂ ਹਾਲੀ ਪਤਾ ਲੱਗਾ, ਬੋਲੋ। ਨਹੀਂ ਏਕਾ ਛੇਜ ਵਿਛੀ ਤਨ ਕੰਤਾ, ਤਨ ਕੰਤਾ, ਕੰਤ ਮਨੇ ਪਤੀ, ਤਨ ਮਨੇ ਔਰਤ। ਵੇਖੋ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕੀ ਕਹਿ ਰਹੇ, ਕਹਿੰਦੇ ਛੇਜ ਤੇ ਇੱਕ ਵਿਛੀ ਹੈ ਨੀ ਕਮਲੀਏ, ਉਸੇ ਛੇਜ ਤੇ ਤੂੰ ਸੁੱਤੀ ਹੈ, ਉਸੇ ਛੇਜ ਤੇ ਉਹ ਚੌਂਕੜਾ ਮਾਰ, ਉਹ ਸੁੱਤਾ ਨੀ ਜੇ, ਇੰਨਾ ਚੇਤਾ ਰੱਖਿਓ। ਇਹ ਨਾ ਕਿਤੇ ਕਹਿ ਦੇਣਾ ਵੀ ਇੱਕ ਛੇਜ 'ਚ ਉਹ ਵੀ ਸੁੱਤਾ, ਨਾ 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 ਨਾ, ਸਤਿਗੁਰ ਜਾਗਦਾ ਹੈ ਦਿਓ, 24 ਘੰਟੇ ਜਾਗਣ ਡਿਆ, ਉਹ ਚੌਂਕੜਾ ਮਾਰ ਕੇ ਬੈਠਾ ਹੈ, ਤੂੰ ਪਾਸਾ ਬੋਲ ਕੇ ਪਾਸਾ ਮੁੜ ਕੇ ਸੁੱਤੀ ਹੈ, ਬਸ ਤੇਰੀ ਇੰਨੀ ਕਹਾਣੀ।
ਆਖੋ ਵਾਹਿਗੁਰੂ ਏਕਾ ਛੇਜ ਵਿਸ਼ੀ ਧਨ ਘਨਤਾ। ਮਿਲਾਪ ਕਿਉਂ ਨਹੀਂ ਹੁੰਦਾ ਜੀ, ਸਮਝ ਲੱਗ ਰਹੀ ਹੁਣ ਗੁੜੀਆ? ਮਿਲਾਪ ਕਿਉਂ ਨਹੀਂ ਹੁੰਦਾ? ਧਨ ਸੂਤੀ, ਧਨ ਸੂਤੀ, ਧਨ ਮਨੇ ਇਸਤਰੀ ਜੀਵ ਆਤਮਾ, ਇਹ ਕੀ ਹੈ? ਸੁੱਤੀ ਪਈ ਹਉਮੈ ਹੰਕਾਰ ਆਪਣੀਆਂ ਚਾਤਰੀਆਂ ਦੇ ਵਿੱਚ ਸੁੱਤੀ ਪਈ, ਉਹ ਲੱਗੇ ਬਿੱਠਾ ਚੌਂਕੜਾ ਮਾਰ ਕੇ, ਫਿਰ ਲੱਭਦੀ ਫਿਰਦੀ ਬਾਹਰ ਜਾ ਕੇ ਖੋਜਦੀ ਫਿਰਦੀ। ਵੇਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਆ ਪਰਮਜੀਤ ਸਿੰਘ ਦੇ, ਕਿੰਨੀ ਸਪਸ਼ਟ ਗੱਲ ਕੀਤੀ ਆ। ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤੇ ਇੱਕੋ ਛੇਜ ਵਿੱਚ ਦੋਵੇਂ ਪਏ ਨੇ, ਪਤੀ ਪਤਨੀ ਇੱਥੇ ਹੀ ਪਏ ਨੇ, ਪਤੀ ਜਾਗਦਾ ਏ, ਇਉਂ ਕਿਉਂ ਕੰਤ ਪਿਆਰੀ ਹੋਵਾਂ, ਨਹੀਂ ਓਹੋ ਸ਼ੋ ਜਾਗੇ ਹੋ ਨਿਸ ਭਰ ਸੋਵਾਂ, ਪਤੀ ਮੇਰਾ ਜਾਗਣ ਡਿਆ, ਮੈਂ ਸਾਰੀ ਰਾਤ ਸੁੱਤੀ ਹਾਂ, ਮਿਲਾਪ ਕਿਤਨਾ ਹੋ ਸਕਦਾ ਹੈ? ਸਵੇਰੇ ਉੱਠ ਕੇ ਲੱਭਦੀ ਫਿਰਦੀ, ਖੋਜਤ ਚਰੇ ਉਹ ਵੇਖੋ ਤੇ ਫਿਰ ਜਾਈ, ਸਵੇਰੇ ਉੱਠ ਕੇ ਆਂਦੀ ਮੈਂ ਤਾਂ ਲੱਭਣ ਤੁਰੀ ਹਾਂ ਰੱਬ ਨੂੰ, ਆ ਸਾਰੀ ਦੁਨੀਆਂ ਕੀ ਕਰਦੀ ਫਿਰਦੀ? ਬੋਲੋ ਭਾਈ ਸਾਹਿਬ ਜੀ, ਰੱਬ ਕਿਤਨਾ ਮਿਲ ਸਕਦਾ ਹੈ, ਰੱਬ ਕਿਤਨਾ ਲੱਭ ਸਕਦਾ ਹੈ? ਲੱਭੀ ਦੀ ਉਹ ਚੀਜ਼ ਜਿਹੜੀ ਗੁਆਚੀ ਹੋਵੇ। ਤੁਸੀਂ ਕਦੀ ਕਹਿ ਦੋਗੇ ਮੇਰੇ ਵੀਰ ਚਸ਼ਮੇ ਵਾਲੇ ਸਿੰਘ ਨੂੰ ਮੈਂ ਪੁੱਛਦਾ, ਤੁਸੀਂ ਕਦੇ ਕਹਿ ਦੋਗੇ ਰੱਬ ਗੁਆਚਿਆ? ਗੁਆਚਿਆ ਕੌਣ ਆ? ਮੈਂ ਗੁਆਚਾ, ਮੈਂ ਗੁਆਚਾ, ਮੈਂ ਮੱਤ ਦਾ ਹੌਲਾ ਆਪਣੇ ਆਪ ਤੋਂ ਹੀ ਗੁਆਚ ਗਿਆ। ਜਿੱਦਣ ਤੁਸੀਂ ਕਦੀ ਇਹ ਕਹੋਗੇ ਰੱਬ ਨਹੀਂ ਗੁਆਚਿਆ, ਗੁਆਚਿਆ ਮੈਂ ਹਾਂ, ਤੁਸੀਂ ਅਮਰੀਕਾ ਦੀ ਦੁਨੀਆਂ 'ਚ ਗੁਆਚ ਗਏ ਹੋ, ਫੈਸ਼ਨ ਦੀ ਦੁਨੀਆਂ 'ਚ, ਝੂਠ ਫਰੇਬ ਦੀ ਦੁਨੀਆਂ 'ਚ ਗੁਆਚ ਗਏ ਹੋ। ਰੱਬ ਇੱਥੇ ਹੀ ਆ, ਰੱਬ ਹਾਜ਼ਰ ਆ, ਚਤਰ ਚੱਕਰ ਪਾਸੇ, ਚਤਰ ਚੱਕਰ ਪਾਸੇ ਆ, ਚੌਵਾਂ ਪਾਸਿਆਂ 'ਚ, ਚਤਰ ਪਾਸਿਆਂ 'ਚ, ਰੱਬ ਕਿੱਥੇ ਨਹੀਂ? ਉਹਨੇ ਕਿਹਾ ਧੰਨ ਸੁੱਤੀ ਫਿਰ ਸੱਚ ਕਹਿੰਦਾ। ਅਤੇ ਕਿਸੇ ਨੇ ਆਖਿਆ ਐਡੀ ਕਮਲੀ ਆ, ਨਾਲ ਹੀ ਇਹਦਾ ਪਤੀ ਸੁੱਤਾ ਅਤੇ ਇਹਨੂੰ ਪਤਾ ਹੀ ਨਹੀਂ ਲੱਗਾ, ਸਾਰੀ ਰਾਤ ਸੁੱਤੀ ਰਹੀ, ਸਾਰਾ ਉਮਰ ਸੁੱਤੀ ਰਹੀ, ਇਹਨੂੰ ਪਤਾ ਹੀ ਨਹੀਂ ਲੱਗਾ ਵੀ ਪਤੀ ਨਾਲ ਸੁੱਤਾ ਹੈ। ਕਹਿੰਦੇ ਸ਼ਰਾਬ ਪੀਤੀ ਹੈ, ਪੀਓ ਮਧਰੋ, ਬੋਲੋ ਮਧਰੋ, ਮੀਨ ਉੱਚੀ ਬੋਲੋ, ਇਹਨੇ ਸ਼ਰਾਬ ਪੀਤੀ ਆ ਹਉਮੈ ਦੀ, ਹਉਮੈ ਛੱਡੇ ਤੇ ਉਸ ਵੇਲੇ ਤੇ ਦਿਸਦਾ ਹੈ ਜਬ ਹਮ ਹੋਤੇ, ਜਦੋਂ ਮੈਂ ਉਹਨਾਂ ਚਿਰ ਤੂੰ ਮੇਰੇ ਨਜ਼ਰ ਨਹੀਂ ਆਉਣਾ, ਮੇਰੇ ਕੋਲ ਹੀ ਖਲੋਤਾ ਤਾਂ ਵੀ ਨਹੀਂ ਦਿਸਣਾ, ਕਿਉਂਕਿ ਮੈਂ ਦਿਸ ਰਿਹਾ ਨਾ, ਤੂੰ ਕਿਤਨਾ ਦਿਸੇਗਾ? ਜਿਹਨੂੰ ਮੈਂ ਦਿਸ ਰਿਹਾ ਉਹਨੂੰ ਤੂੰ ਨਹੀਂ ਦਿਸਦਾ, ਜਿਹਨੂੰ ਤੂੰ ਦਿਸਦਾ ਉਹਨੂੰ ਮੈਂ ਨਹੀਂ ਦਿਸਦਾ। ਕਮਾਲ ਦੀ ਕਹਾਣੀ, ਪਤਾ ਲੱਗ ਰਿਹਾ ਜੀ ਕੀ ਆਖਿਆ? ਮੈਂ ਇੱਕ ਵਾਰ ਦੱਸੋ, ਪਹਿਲਾਂ ਦੱਸੋ, ਜਿਹਨੂੰ ਮੈਂ ਦਿਸਦਾ, ਜਿਹਨੂੰ ਤੂੰ ਦਿਸ ਗਿਆ ਮੈਂ ਨਹੀਂ, ਪ੍ਰਭ ਸਭ ਕੁਛ ਤੇਰਾ, ਸਭ ਕੁਛ ਉਹਦਾ ਹੀ, ਉਹਦਾ ਦਿਸਦਾ, ਉਹ ਹੀ ਦਿਸਦਾ। ਧੰਨ ਸੁੱਤੀ ਫਿਰ ਸੱਤ ਜਗੰਤਾ, ਆਖਿਆ ਜਾਗਦੀ ਕਿਉਂ ਨਹੀਂ? ਕਹਿੰਦੇ ਸ਼ਰਾਬ ਇੰਨੀ ਪੀ ਬੈਠੀ ਆ। ਆਖੋ ਵਾਹਿਗੁਰੂ, ਸ਼ਰਾਬ ਇਹ ਨਹੀਂ ਆ ਜਿਹੜੀਆਂ ਬੋਤਲਾਂ ਵਾਲੀ, ਹਉਮੈ ਦੀ, ਹੰਕਾਰ ਦੀ, ਉਹਦੇ 'ਚ ਤਾਂ ਕਈ ਸੋਫੀ ਵੀ ਹੋਣਗੇ, ਫਿਰ ਨਹੀਂ ਪਤਾ ਲੱਗ, ਨਾ 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 ਐਵੇਂ ਨਾ ਕਹੋ, ਮੈਂ ਪੁੱਛਣਾ ਹੈ ਉਹਦੇ 'ਚ ਤਾਂ ਕਈ ਜਿਹੜੀ ਬੋਤਲ ਵਾਲੀ ਆ ਉਹਦੇ 'ਚ ਤਾਂ ਕਈ ਕਹਿੰਦੇ ਮੈਂ ਪੀਤਾ ਹੀ ਨਹੀਂ। ਤੁਸੀਂ ਕਹਿੰਦੇ ਹੋ ਸਾਰੀ ਦੁਨੀਆਂ ਨੂੰ ਥੋੜ੍ਹਾ ਕਹਿ ਸਕਦੇ ਹੋ ਵੀ ਇਹਨਾਂ ਨੇ ਪੀਤੀ, ਹਉਮੈ ਦੀ ਪੀਤੀ, ਅਤੇ ਜਿੱਦਣ ਤੋਂ ਜੰਮਿਆ ਉਦੋਂ ਦੀ ਜਬ ਪੀਤੀ ਹੈ, ਉਦੋਂ ਦਾ ਗੁੱਟ ਹੋਇਆ ਹੈ, ਹਉਮੈ 'ਚ ਜੰਮਿਆ, ਜੰਮਿਆ ਹੀ ਹਉਮੈ ਵਿੱਚ ਸੀ, ਇੰਨੀ ਪੀ ਕੇ ਆਇਆ। ਆਖੋ ਵਾਹਿਗੁਰੂ। ਫਿਰ ਮੇਰੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ
ਗਰੀਬ ਨਵਾਜ ਇਹ ਬਦਕਿਸਮਤੀ ਉਹ ਜਾਗਦੀ ਕਿਉਂ ਨਹੀਂ, ਕਹਿੰਦੀ ਪਿੱਛਾ ਕਰਕੇ ਸੁੱਤੀ ਉਹਦੇ, ਕਦੀ ਪਿੱਛਾ ਮੁੜਿਆ ਹੀ ਨਹੀਂ, ਪਿੱਛਾ ਮੁੜ ਕੇ ਵੇਖਿਆ ਹੀ ਨਹੀਂ ਮੇਰੇ ਨਾਲ ਪਿਆ ਹੈ। ਆਖੋ ਵਾਹਿਗੁਰੂ। ਉਹਨੇ ਕਿਹਾ ਫੇਰ, ਕਹਿੰਦੇ ਧਨ ਜਾਗੇ ਜਾਗ ਸਕਦੀ, ਇਹਦੇ 'ਤੇ ਵੱਸ ਦਾ ਰੋਗ ਨਹੀਂ ਜਾਗੇ, ਜੇ ਪਿਰ ਬੁਲੰਤਾ ਨਹੀਂ ਪਤਾ ਲੱਗਾ, ਜੇ ਪਿਰ ਪਿਰ ਮੈਨੇ ਕੀ ਦੱਸਿਆ ਸੀ, ਪਤੀ ਜਿਹੜਾ ਨਾਲ ਸੁੱਤਾ ਹੈ ਮੋਢਾ ਫੜ ਕੇ ਆਖੇ ਸੁੱਤੀ ਰਹਿਣੀ ਸਾਰੀ ਰਾਤ, ਉੱਠ ਉੱਠ ਕੇ ਨਾਮ ਜਪ, ਸੁੱਤਾ ਨਾਲ ਆ ਲੰਮੇ ਪਿਆ ਨਾਲ ਆ, ਉਹ ਵੀ ਕਹਿੰਦਾ ਰਿਹਾ ਚੰਗਾ ਸੌਂ ਲਾ ਜਿੰਨਾ ਚਿਰ ਸੁੱਤੀ ਹੈ। ਇੱਕ ਦਿਨ ਐਸਾ ਆਇਆ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਆਖੋ ਵਾਹਿਗੁਰੂ, ਜਾਗ ਸਕਦੀ ਹੈ ਜਿਹਦਾ ਇਹਦਾ ਪਤੀ ਆਵਾਜ਼ ਮਾਰ ਕੇ ਇਹਨੂੰ ਜਿਸੇ ਜਗਾਏ ਜਿਸੇ ਜਗਾਏ ਪਿਆਏ ਇਹ ਰਸ ਵਾਹਿਗੁਰੂ ਵਾਹਿਗੁਰੂ ਪੀਓ 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 ਘੱਟ ਘੱਟ ਕਰਕੇ। ਹਾਂ ਅੱਗੇ ਵਾਲੀ ਜਗ੍ਹਾ ਤੇ ਚੱਲੋ। ਬਲਹਾਰ 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 ਕੁਰਬਾਨੇ ਜਾਓ ਤਿੰਨਾਂ ਕੇ ਲੈਣ ਜੋ ਤੇਰਾ ਨਾਉ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਕੁਰਬਾਨ ਜਾਂਦਾ ਉਹਨਾਂ ਕੁੰਡੇ ਵਾਹਿਗੁਰੂ ਕਹਿੰਦੇ। ਚੀਨੀ ਕਮਲੀਏ ਸੁਚੇਤ ਕਮਲੀਏ, ਲੱਭਦੀ ਲੱਭਦੀ ਕਿੱਥੇ ਗਈ ਹੈ, ਕਿੱਥੇ ਕਿੱਥੇ ਗਈ ਹੈ, ਕਿੱਥੇ ਕਿੱਥੇ ਲੱਭਿਆ ਹੈ, ਅੱਜ ਕੀ ਹੈ, ਅੱਜ ਦੇ ਮਾਹੌਲ 'ਚ ਕੀ ਹੈ। ਅੱਜ ਵੀ ਤਾਂ ਸਿੱਖ ਗੁਰੂ ਨੂੰ ਲੱਭਦਾ ਹੀ ਫਿਰਦਾ ਨਾ। ਕਮਾਲ ਦੀ ਗੱਲ, ਉਦੋਂ ਸਰੀਰ ਸੀ, ਆਖੋ ਵਾਹਿਗੁਰੂ, ਅਤੇ ਭਾਈ ਮੱਖਣ ਸ਼ਾਹ ਲੱਭਣ ਤੁਰਿਆ, ਅੱਜ ਤਾਂ ਸ਼ਬਦ ਹਰ ਜਗ੍ਹਾ ਆ। ਉਦੋਂ ਤਾਂ ਬਾਬੇ ਬਕਾਲੇ ਸੀ, ਹੁਣ ਤਾਂ ਨਮੋ ਸਰਬ ਦੇਸੇ, ਨਮੋ ਸਰਬ ਗਾਉਣੇ, ਨਮੋ ਸਰਬ ਹਰ ਘਰ 'ਚ ਬੈਠਾ ਹੈ। ਤੇਰੇ ਅੰਦਰ ਸ਼ਬਦ ਦਾ ਵਾਸਾ ਹੈ, ਤੂੰ ਕਿਉਂ ਲੱਭਦਾ ਫਿਰਦਾ ਹੈ। ਕਹਿੰਦੇ ਬੜੀ ਉਦਾਸ ਜੀ ਲੱਗ ਰਹੀ, ਕਹਿੰਦੀ ਭਈ ਨਿਰਾਸੀ ਬਹੁਤ ਦਿਨ ਲੱਗ ਗਏ ਲੱਭਦੀ ਲੱਭਦੀ ਨੂੰ, ਨਿਰਾਸ਼ ਹੋ ਗਈ ਹਾਂ ਅਤੇ ਬੜੇ ਦਿਨ ਲੱਗ ਗਏ ਨੇ। ਆਖੋ ਵਾਹਿਗੁਰੂ।
ਇਹੋ ਕਥਾ ਕਿਤੇ ਉਹ ਰੂਹ ਸੁਣ ਡਈ ਹੋਵੇ ਨਾ ਜਿਹਨੂੰ ਪਿਆਸ ਲੱਗੀ ਦਰਸ਼ਨ ਦੀ, ਸੱਚੀ ਮੁੱਚੀ ਅੱਖਾਂ ਚੋਂ ਭਰ ਭਰ ਕੇ ਜਰ ਵਗਣ ਡਿਆ ਹੋਵੇ, ਲੱਭਦੀ ਤੇ ਮੈਂ ਵੀ ਫਿਰਦੀ ਹਾਂ। ਅਸੀਂ ਸੁਣਨ ਵਾਲੇ ਹਾਂ, ਆਖੋ ਵਾਹਿਗੁਰੂ। ਅਸੀਂ ਕੇਵਲ ਅਗਲੀ ਪੌੜੀ ਮੰਨਣ ਵਾਲੇ ਨਹੀਂ, ਅਸੀਂ ਮੰਨਣ ਤੋਂ ਅੱਗੇ ਮਨ ਕੀਤਾ ਭਾਵ ਵਾਲੇ ਨਹੀਂ ਨੇ ਅਸੀਂ। ਮੈਂ ਝੂਠ ਨਹੀਂ ਬੋਲ ਰਿਹਾ ਜੀ, ਅਜੇ ਸੁਣਨਾ ਹੀ ਆ ਜੇ ਚਲੋ ਕੋਈ ਗੱਲ ਨਹੀਂ, ਇੱਕ ਪੌੜੀ ਚੜ੍ਹ ਜਾਵੇ ਫਿਰ ਮੰਨਣ ਦੀ ਕਦੀ ਆ ਜਾਊਗੀ, ਕਦੀ ਮਨ ਭਾਵ ਕੀਤਾ ਆ ਜਾਊਗੀ, ਮਨ 'ਚ ਪ੍ਰੇਮ ਪੈਦਾ ਹੋ ਜੂਗਾ। ਮੈਂ ਮਿਲਣਾ ਜਿਹੜੀ ਗੱਲ ਭਾਈ ਸਾਹਿਬ ਸੁਣਾ ਰਿਹਾ, ਮੇਰੇ ਵੀ ਇੱਛਾ ਹੈ, ਮੇਰੇ ਅੰਦਰ ਲੋਚਾ ਮਿਲਣ ਕੀ, ਮੇਰੇ ਅੰਦਰ ਵੀ ਲੋਚਾ ਪੈਦਾ ਹੋਈ। ਪਈ ਨਰਾਸੀ ਬਹੁਤ ਦਿਨ ਲੱਗੇ, ਦੇਸ ਦਸੰਤਰ ਮੈਂ ਸਗਲੇ ਝਾਂਗੇ, ਸਾਰੀ ਜਗ੍ਹਾ 'ਤੇ ਲੱਭ ਲੱਭ ਕੇ ਵੇਖਿਆ, ਆਖਿਆ ਫਿਰ ਕਿੱਥੋਂ ਲੱਭਾ ਨਹੀਂ। ਆਖੋ ਵਾਹਿਗੁਰੂ। ਆ ਵੇਖੋ ਪੰਜਾਬੀ ਜੀ ਭਾਸ਼ਾ ਬੋਲੀ, ਕਿੱਥੋਂ ਲੱਭਾ ਨਹੀਂ। ਪਇਓ ਕਿਰਪਾਲ ਸਤਸੰਗ ਮਿਲਾਇਆ, ਵੇਖੋ ਕਿੰਨੀ ਲਾਗੋ ਮਿਲ ਗਿਆ, ਕਿਤੇ ਦੇਸ ਨਾ ਆਇਆ ਸੁਣੀਏ। ਉਹ ਪਾਕਿਸਤਾਨ 'ਚ ਨਹੀਂ ਗਾ, ਉਹ ਅਮਰੀਕਾ 'ਚ ਨਹੀਂ, ਉਹ ਕੈਨੇਡਾ 'ਚ ਨਹੀਂ ਬੈਠਾ ਕਿਤੇ, ਦੇਸ 'ਚ ਵੀ ਚਲੋ ਟਿਕਟਾਂ ਲਓ, ਇੱਥੋਂ ਭੱਜੇ ਫਿਰਦੇ ਲੋਕ ਇੰਗਲੈਂਡ ਲਈ। ਆਖੋ ਵਾਹਿਗੁਰੂ। ਇੱਥੋਂ ਲੋਕ ਜਹਾਜ਼ ਫੜ ਕੇ ਜਾਣ ਡਏ ਨੇ, ਉਹ ਕਹਿੰਦੇ ਕਿਤੇ ਦੇਸ ਨਾ ਆਇਆ ਸੁਣੀਏ, ਕਿਸੇ ਦੇਸ਼ 'ਚ ਨਹੀਂ ਗਾ, ਤੀਰਥ ਪਾਸ ਨਾ ਬੈਠਾ, ਕਿਸੇ ਤੀਰਥ 'ਤੇ ਜਾ ਕੇ ਨਹੀਂ ਬੈਠਾ। ਰੱਬ ਰੱਬ ਤੇਰੇ ਕੋਲ ਆ, ਤੇਰੇ ਵਿੱਚ ਆ, ਤੇਰੇ ਸਵਾਸ ਆ। ਆਖੋ ਵਾਹਿਗੁਰੂ। ਭਇਓ ਕਿਰਪਾਲ ਸਤਸੰਗ ਮਿਲਾਇਆ, ਬੁੱਝੀ ਤਪਤ ਪਿਆਸ ਬੁੱਝ ਗਈ, ਘਰੇ ਪਿਰ ਪਾਇਆ ਇੰਨੀ ਪਿਆਸ ਬੁੱਝ ਗਈ, ਜੈ ਦੇਖਾਂ ਤੈ ਪਿਰ ਹੈ ਭਾਈ, ਖੋਲਿਓ ਕਪਾੜ ਤਾਂ ਮਨ ਠਹਿਰਾਈ। ਕਬਾੜ ਖੋਲਤੇ ਗੁਰੂ ਨੇ, ਇਹ ਹੁਕਮਨਾਮਾ ਬਾਹਰ ਆ ਲਿਖਿਆ। ਤੁਰੇ ਤੁਰੇ ਆਉਂਦਿਆਂ ਗੁਰੂ ਨੇ ਸਿਰ ਤੇ ਹੱਥ ਰੱਖ ਕੇ ਨਜ਼ਰ ਪਵਾਈ ਵੀ ਅੱਜ ਹੁਕਮਨਾਮਾ ਇਹ ਆ। ਗੁਰੂ ਨੇ ਕਿਰਪਾ ਕੀਤੀ, ਤੁਸੀਂ ਸੁਣਿਆ, ਦਾਸ ਕੋਲੋਂ ਕਹਾਇਆ, ਜਿੰਨਾ ਕੁ ਅਧੂਰਾ ਮੈਂ ਆ ਉਨਾ ਕੁ ਅਧੂਰੇ ਮੈਂ ਬੋਲ ਬੋਲੇ। ਜੇ ਕਿਤੇ ਪੂਰਾ ਇਹੋ ਹੀ ਕਥਾ ਗੁਰੂ ਅਰਜਨ ਦੇਵ ਸਾਹਿਬ ਸੁਣਾ ਦੇਣ, ਤੁਹਾਨੂੰ ਸਾਰਿਆਂ ਨੂੰ ਦਰਸ਼ਨ ਹੋ ਜਾਣ, ਕਿਉਂਕਿ ਸੁਣਾਉਣ ਵਾਲਾ ਪੂਰਾ ਹੁੰਦਾ ਤੇ ਫੇਰ ਸੀ ਨਾ। ਜਿੰਨੀ ਕੁ ਮੈਨੂੰ ਗੁਰੂ ਨੇ ਤਫੀਕ ਬਖਸ਼ੀ ਆ ਗੁਰੂ ਗ੍ਰੰਥ ਸਾਹਿਬ ਜੀ ਨੇ, ਮੈਂ ਆਪਣੀ ਵੱਲੋਂ ਜ਼ੋਰ ਲਾਇਆ ਵੀ ਤੁਹਾਡਾ ਭਰਮ ਦੂਰ ਹੋਵੇ ਵੀ ਇੱਕ ਹੀ ਸ਼ੇਜ਼ 'ਤੇ ਲੰਮੇ ਪਏ, ਉਹ ਪਤੀ ਅਤੇ ਪਤਨੀ, ਪਤਨੀ ਨੇ ਪਿੱਠ ਕੀਤੀ ਆ, ਉਹ ਆਨੰਦ 'ਚ ਬੈਠਾ, ਉਹਨੂੰ ਕੋਈ ਕਾਲ ਨਹੀਂ। ਅੱਜ ਜਨਮ, ਇਸ ਜਨਮ 'ਚ ਜਾਗ, ਅਗਲੇ ਜਨਮ 'ਚ ਜਾਗ, ਉਦੋਂ ਅਗਲੇ 'ਚ ਜਾਗ, ਉਹਨੂੰ ਕੋਈ ਕਾਲੀ ਨਹੀਂ। ਇੱਕ ਦਿਨ ਪਤਾ ਨਹੀਂ ਤਰਸ ਪਿਆ, ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਉਹਨੇ ਤਰਸ ਖਾ ਲਿਆ, ਨਾਲ ਹੀ ਲੰਮੇ ਪਈ ਆ, ਮੇਰੇ ਹੀ ਨਾਲ ਪਈ ਆ, ਕਹਿਣਾ ਵੀ ਇਹਨੂੰ ਲੋਕਾਂ ਨੇ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤ ਆ, ਮਗਰ ਸੁੱਤਾ ਹੈ। ਅਤੇ ਫੜ ਕੇ ਉਠਾ ਹੀ ਦਈਏ, ਉਠਾ ਤਾ ਫਿਰ ਉਹਨੇ, ਤੁਹਾਨੂੰ ਸਾਰਿਆਂ ਨੂੰ ਉਠਾਇਆ। ਜੈ ਦੇਖਾਂ ਤੈ ਪਿਰ ਹੈ ਭਾਈ, ਖੋਲਿਓ ਕਪਾੜ ਤਾਂ ਮਨ ਠਹਿਰਾਈ। ਕਬਾੜ ਖੁੱਲ ਗਏ, ਮਨ ਟਿਕ ਗਿਆ, ਜਦੋਂ ਗੁਰੂ ਦੀ ਕਿਰਪਾ ਹੋ ਗਈ। ਆਓ ਇੱਕ ਮਿੰਟ ਜਪੋ, ਫਿਰ ਅੱਜ ਦੇ ਸ਼ਬਦ ਦੀ ਵਿਚਾਰ। ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਅੱਜ
ਅੱਜ ਦਾ ਬਚਨ ਵੀ ਇਸ ਤਰ੍ਹਾਂ ਦੇ ਪ੍ਰੇਮ ਚ ਭੇਜਿਆ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਪ੍ਰੇਮ ਦੇ ਰਸ ਵਿੱਚ ਭਿੱਜ ਗਈ, ਚਾਹ ਚੜ ਗਿਆ, ਪ੍ਰੀਤੀ ਪੈਦਾ ਹੋ ਗਈ ਅੰਦਰ ਕੀ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ, ਮਨ ਪਿਆ ਏ ਕਿ ਪਿਆ ਏ? ਹਾਂਜੀ ਨਹੀਂ ਕਨਫਿਊਜ ਹੋ, ਪਿਆ ਪੂਰਾ ਭੱਬੇ ਨਾਲ ਬੋਲੋ ਭਾਰ ਭਾਰ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ, ਮਨ ਬੈਰਾਗ ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਮੈਸੇਜ ਮਿਲਿਆ ਸੀ ਉਦਨ 74 ਸਾਲ ਦਾ ਸੀ। ਕੀ ਜਦੋਂ ਮੈਸੇਜ ਮਿਲਿਆ ਭੇਡਾਂ ਚਾਰਦਾ ਹੁੰਦਾ ਸੀ, ਧਿਆਨ ਦਿਓ, ਭੇਡਾਂ ਚਾਰਦਾ ਸੀ ਤੇ ਭੇਡਾਂ ਚਾਰਦਿਆਂ ਚਾਰਦਿਆਂ ਜਿਹਨੂੰ ਉਸਤਾਦ ਮੰਨ ਕੇ ਜੰਗਲ ਵਿੱਚ ਪਤਾ ਲੱਗ ਗਿਆ, ਪੁੱਤ ਜਿਹਨੂੰ ਉਸਤਾਦ ਮੰਨ ਕੇ ਜੰਗਲ ਵਿੱਚ ਉਹਦੀ ਸੇਵਾ ਕਰਦਾ ਸੀ, ਫਰੂਟ ਖਵਾਉਂਦਾ ਸੀ, ਲੱਤਾਂ ਘੁੱਟਦਾ ਸੀ ਵੀ ਇਹ ਸਾਧੂ ਆ ਤੇ ਇਹਦੀ ਕਿਰਪਾ ਨਾਲ ਕਿਤੇ ਮੈਨੂੰ ਵੀ ਦੀਦਾਰ ਹੋ ਜਾਣਗੇ। ਪਤਾ ਲੱਗਾ, ਲੱਤਾਂ ਘੁੱਟਦਾ ਹੁੰਦਾ ਸੀ, ਫਰੂਟ ਲਿਆ ਕੇ ਜੰਗਲ ਚੁਸਕਾਉਂਦਾ ਸੀ, ਉਦਨ ਉਮਰ ਅਜੇ 74 ਸਾਲ ਸੀ। ਇੱਕ ਦਿਨ ਐਸਾ ਹੋਇਆ ਜਿਹਦੀ ਸੇਵਾ ਕਰਦਾ ਸੀ, ਉਹਨੇ ਅੱਗੋਂ ਆਖਿਆ, ਲਾਲ ਸ਼ਾਹ ਤੂੰ ਮੇਰੀ ਬੜੀ ਸੇਵਾ ਕੀਤੀ, ਪਤਾ ਲੱਗ ਰਿਹਾ ਜੀ ਕਿੱਧਰ ਚਲੇ ਗਈ? ਨਹੀਂ ਚਲੇ ਸੀ ਕਹੇ, ਪਤਾ ਲੱਗ ਗਿਆ ਪੁੱਤ ਮੈਂ ਤੈਨੂੰ ਕੀ ਕਿਹਾ, ਨਹੀਂ ਇਹ ਬੱਚੀ ਅਜੇਪਾਲ ਸਿੰਘ ਦੇ ਘਰੋਂ। ਇੱਕ ਇੱਕ ਬੰਦੇ ਦਾ ਪਤਾ ਲੱਗ ਜਾਂਦਾ ਵਿੱਚੋਂ ਭੱਜ ਗਿਆ, ਧਿਆਨ ਰੱਖੋ, ਬੜੇ ਟਿਕਾਣੇ ਦੇ ਵਚਨ ਨੇ। ਲਾਲ ਸ਼ਾਹ ਤੂੰ ਮੇਰੀ ਬੜੀ ਸੇਵਾ ਕੀਤੀ, ਮੈਂ ਹੁਣ ਸਰੀਰ ਛੱਡਣਾ ਹੈ। ਸਾਧੂ ਨੇ ਕਿਹਾ ਮੈਂ ਹੁਣ ਸੱਚਮੁੱਚ ਹੀ, ਕਮਾਈ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਮੈਂ ਇਹ ਘਰ ਖਾਲੀ ਕਰ ਦੇਣਾ। ਉਹਨੇ ਚੀਕਾਂ ਮਾਰ ਕੇ ਰੋ ਕੇ ਆਖਿਆ, ਲਾਲ ਸ਼ਾਹ ਨੇ ਇੱਕ ਗੱਲ ਦੱਸੋ ਉਸਤਾਦ ਜੀ, ਮੇਰੇ ਕੋਲ ਸੇਵਾ ਲਈ ਹੈ ਰੱਬ ਨੇ ਤੇਰੀ, ਜਾਂਦਾ ਜਾਂਦਾ ਮੈਨੂੰ ਮੈਸੇਜ ਦੇ ਜਾ, ਮੇਰਾ ਬੇੜਾ ਬੰਨੇ ਲੱਗ ਗਿਆ, ਨਹੀਂ ਪਤਾ ਲੱਗਾ ਮੇਰਾ ਬੇੜਾ। ਅਤੇ ਉਸ ਫਕੀਰ ਨੇ ਜਿਹਦੀ ਸੇਵਾ ਕਰਦਾ ਸੀ ਉਹਨੇ ਜ਼ਿੰਦਗੀ ਜਿੱਡਾ ਹੌਕਾ ਲਿਆ ਕੇ ਆਖਿਆ, ਲਾਲ ਸ਼ਾਹ ਤੂੰ ਇਹ ਜਿਹੜਾ ਸਵਾਲ ਮੈਨੂੰ ਪੁੱਛਿਆ ਹੈ ਨਾ, ਬੇੜਾ ਤਾਂ ਅਜੇ ਮੇਰਾ ਵੀ ਬੰਨੇ ਨਹੀਂ ਲੱਗਾ। ਇਹ ਸੱਚੇ ਭਗਤ ਦੀ, ਸੱਚੇ ਸੰਤ ਦੀ ਕਹਾਣੀ ਆ। ਇੱਥੇ ਜਿਹਨੂੰ ਥੋੜ੍ਹੇ ਜਿਹੇ ਬੁੱਲ ਹਿਲਾਉਣੇ ਆ ਗਏ, ਉਹ ਕਹਿੰਦਾ ਮੈਂ ਤੁਹਾਡੀਆਂ ਕੁਲਾਂ ਤਾਰ ਦੂੰ, ਨਹੀਂ ਪਤਾ ਲੱਗਾ ਜੀ ਪੜ੍ਹੇ ਲਿਖੇ ਲੱਗਦੇ ਹੋ, ਬੋਲੋ। ਸੋਹਣੀ ਪੱਗ ਵਾਲੇ ਜਿਹਨਾਂ ਨੇ ਬੜੀ ਸੋਹਣੀ, ਸਮਝ ਨਹੀਂ ਲੱਗੀ ਕੀ ਕਹਿੰਦੇ ਨੇ, ਮੈਂ ਤੁਹਾਡੀਆਂ ਕੁਲਾਂ ਤਾਰ ਦਿਆਂਗੇ। ਕਿੰਨਾ ਬੰਦਗੀ ਵਾਲਾ ਫਕੀਰ ਹੋਊਗਾ ਜਿਹਨੇ ਕਿਹਾ ਬੇੜਾ ਤੇ ਜੇ ਸੱਚ ਦੱਸਿਆ ਨਾ। ਉਸੇ ਘੜੀ ਲਾਲ ਸ਼ਾਹ ਨੇ ਆਖਿਆ, ਫਿਰ ਅੱਛਾ ਮੈਂ ਤਾਂ ਤੇਰੀ ਸੇਵਾ ਕਰਦਾ ਰਿਹਾ,
ਬੜੀਆਂ ਲੱਤਾਂ ਘੁੱਟੀਆਂ, ਬੜੀਆਂ ਮਾਲਸ਼ਾਂ ਕੀਤੀਆਂ ਤੇਰੀਆਂ, ਮੈਂ ਹੁਣ ਕਿਹਦੇ ਸਹਾਰੇ ਰਹੂੰ। ਉਸ ਫਕੀਰ ਨੇ ਅੱਖਾਂ ਮੀਟਦਿਆਂ ਮੀਟਦਿਆਂ ਆਖਿਆ, ਘਬਰਾਹੀ ਨਾ, ਇਸੇ ਜੰਗਲ 'ਚ ਆਊਗਾ ਤੇਰਾ ਬੇੜਾ ਬੰਨੇ ਲਾਉਣ ਵਾਲਾ, ਇੱਥੇ ਹੀ ਆਊ, ਤੇਰੇ ਕੋਲ ਹੀ ਆਊ। ਹੌਂਸਲਾ ਬੱਜਾ, ਚੁੱਪ ਕਰਾ, ਦੋ ਕੁ ਮਿੰਟ ਪੁੱਤ, ਦੋ ਮਿੰਟ ਰਹਿ ਗਏ, ਆਖੋ ਵਾਹਿਗੁਰੂ, ਇਸੇ ਜੰਗਲ 'ਚ ਆਊਗਾ ਤੇਰਾ ਬੰਨੇ ਲਾਉਣ ਵਾਲਾ, ਲਾ ਦਊਗਾ। ਲਾਲਸ਼ਾਹ ਨੇ ਹੱਥ ਜੋੜਿਆ, ਹੁਣ ਆਖਰੀ ਸਵਾਸ ਦੇ ਉੱਤੇ ਬੈਠੇ ਹੋ ਫਕੀਰ ਜੀ, ਕੋਈ ਨਿਸ਼ਾਨੀ ਤਾਂ ਦੱਸ ਜੋ, ਜਿਹੜਾ ਮੇਰਾ ਬੰਨੇ ਬੇੜਾ ਲਾਉਣ ਆਊਗਾ ਉਹਦੀ ਕੋਈ ਨਿਸ਼ਾਨੀ, ਕਿਤੇ ਹੋਰ ਹੀ ਨਾ ਲਾਗੋ ਆਣ ਕੇ ਮੈਨੂੰ ਕੋਈ ਕਹਿ ਦਿਆ ਤੇਰਾ ਬੇੜਾ ਭੁੱਲ ਨਾ ਜਾਵਾਂ। ਉਹਨੇ ਅੱਖਾਂ ਮੀਟਦੇ ਮੀਟਦੇ ਨੇ ਆਖਿਆ, ਇੱਕੋ ਹੀ ਅੱਜ ਤੱਕ ਸ਼ਖਸੀਅਤ ਧਰਤੀ 'ਤੇ ਪੈਦਾ ਹੋਈ ਜਿਹਦੇ ਘੋੜੇ ਦਾ ਰੰਗ ਨੀਲਾ ਹੈ, ਉਹ ਆਊਗਾ ਤੇਰਾ ਬੇੜਾ ਬੰਨੇ ਲਾਉਣ, ਉਹਦੇ ਘੋੜੇ ਦਾ ਰੰਗ। ਮੁਹੰਮਦ ਸਾਹਿਬ ਜਿਹੜੇ ਮੁਸਲਮਾਨਾਂ ਦੇ ਹੋਏ, ਇਹਦੇ ਕੋਲ ਘੋੜੀ ਸੀ ਨੀਲੇ ਰੰਗ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘੋੜਾ ਸੀ, ਕਿਉਂਕਿ ਮਰਦ ਘੋੜਿਆਂ ਦੇ ਚੜ੍ਹਦੇ ਨਹੀਂ ਪਤਾ ਲੱਗਾ, ਮਰਦ ਦੀ ਸਵਾਰੀ ਘੋੜਿਆਂ 'ਤੇ ਹੁੰਦੀ। ਦੋ ਸ਼ਬਦ ਕਹੇ ਨੇ, ਪਤਾ ਨਹੀਂ ਤੁਹਾਡੇ 'ਚ ਕੋਈ ਬਜ਼ੁਰਗ ਬੈਠਾ ਹੋਵੇ ਜਿਹਨੂੰ ਪਤਾ, ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ, ਮਰਦਾਂ ਘੋੜੇ ਨੂੰ ਵੀ ਜਿੱਧਰ ਨੂੰ ਮਰਜ਼ੀ ਮੂੰਹ ਕਰਾ ਦਿਓ ਉਹ ਅੱਗੋਂ ਸਿਰ ਨਹੀਂ ਹਿਲਾਉਂਦਾ ਉੱਧਰ ਨੂੰ ਜਾਂਦਾ, ਮਰਦ ਨੂੰ ਵੀ ਜਾ ਜਿੱਧਰ ਨੂੰ ਤੋਰਦੇ ਉੱਧਰ ਨੂੰ ਚੁੱਕ ਕੇ ਸ਼ਸਤਰ ਤੁਰ ਪੈਂਦਾ, ਆਖੋ ਵਾਹਿਗੁਰੂ। ਇੱਥੋਂ ਤੱਕ ਸਮਝ ਲਿਆ, ਆਊਗਾ ਜਿਹਦੇ ਘੋੜੇ ਦਾ ਰੰਗ। ਉਹ ਫਕੀਰ ਨੇ ਫਿਰ ਲਾਲਸ਼ਾਹ ਨੇ ਪੁੱਛਿਆ, ਮੈਨੂੰ ਹੋਰ ਕੋਈ ਨਿਸ਼ਾਨੀਆਂ ਦੱਸ ਲਾ। ਕਹਿੰਦੇ ਉਹਦੇ ਸਿਰ 'ਤੇ ਕਲਗੀ ਆ, ਉਹਦੇ ਮੋਢੇ 'ਤੇ ਸੁਨਹਿਰੀ ਬਾਜ ਆ, ਉਹਦੀਆਂ ਗੋਡਿਆਂ ਤੋਂ ਲੰਮੀਆਂ ਬਾਹਾਂ ਨੇ, ਆਖੋ ਵਾਹਿਗੁਰੂ। ਸਾਰੀਆਂ ਨਿਸ਼ਾਨੀਆਂ ਦੱਸੀਆਂ, ਉਹਦੇ ਨਾਲ ਸਿੰਘਾਂ ਦੀ ਫੌਜ ਆ। ਮਰਦਾ ਮਰਦਾ ਫਕੀਰ ਬੜਾ ਕੁਝ ਦੱਸ ਗਿਆ, ਅੱਖਾਂ ਮਿਟ ਗਿਆ, ਕਿਰਿਆ ਕਰਮ ਕੀਤੀ। ਲਾਲਸ਼ਾਹ ਰੋਜ਼ ਜੰਗਲ ਵਿੱਚ ਆਉਂਦਾ ਅਤੇ ਲੱਭਦਾ ਇਤਨਾ ਪਰਵੱਟੇ ਚੁੱਕ ਚੁੱਕ ਕੇ ਆਪਣੇ, ਵੀ ਕੋਈ ਨੀਲੇ ਵਾਲਾ ਆਉਂਦਾ ਹੈ। 108 ਸਾਲ ਦਾ ਹੋ ਗਿਆ, 74 ਸਾਲ ਤੋਂ ਉਡੀਨੀ 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 ਕਬ ਘਰ ਆਵੇ ਰਹੀ, ਉਡੀਕਦੀ ਰਹੀ ਉਡੀਕਦੀ ਰਹੀ, ਵੀ ਉਹ ਦਿਨ ਕਿੱਦਣ ਆਊਗਾ ਜਿੱਦਣ ਉਹਦੇ ਮੈਨੂੰ ਦੀਦਾਰ ਹੋਣਗੇ ਨੀਲੇ ਵਾਲੇ ਦੇ। ਇੱਕ ਦਿਨ ਲੱਤਾਂ ਰਹਿ ਗਈਆਂ ਸੀ, ਆਪਣੇ ਪੋਤਰੇ ਨੂੰ ਕਹਿੰਦਾ, ਹੁਣ ਤੂੰ ਭੇਡਾਂ ਲੈ ਕੇ ਤੂੰ ਜਾਇਆ ਕਰ, ਮੇਰੇ ਕੋਲ ਤਾਂ ਤੁਰਿਆ ਨਹੀਂ ਜਾਂਦਾ, ਦਿਸਦਾ ਵੀ ਪੂਰਾ ਨਹੀਂ, ਮਗਰ ਇੱਕ ਗੱਲ ਰੱਖੀ ਚੇਤੇ ਪੁੱਤ, ਜਿੱਦਣ ਕੋ ਤੈਨੂੰ ਨੀਲੇ ਘੋੜੇ ਵਾਲਾ ਮਿਲੇ, ਉਹਦੇ ਮੋਢੇ 'ਤੇ ਬਾਜ ਹੋਵੇ ਅਤੇ ਉਹਦੇ ਕੋਲ ਤੀਰਾਂ ਦਾ ਪੱਤਾ ਹੋਵੇ, ਕਲਗੀ ਹੋਵੇ, ਇਹੋ ਜਿਹੀ ਕੋਈ ਸ਼ਖਸੀਅਤ ਤੈਨੂੰ ਮਿਲੇ ਨਾ, ਅਤੇ ਭੱਜ ਕੇ ਆਣ ਕੇ ਮੈਨੂੰ ਦੱਸ ਦੇਈਂ। ਮੈਂ ਉਹਨਾਂ ਚਿਰ ਸਵਾਸ ਨਹੀਂ ਛੱਡ ਸਕਦਾ ਜਿੰਨਾ ਚਿਰ ਮੈਂ ਉਹਨੂੰ ਵੇਖ ਨਾ ਲਾਂ, ਕਿਉਂਕਿ ਮੇਰਾ ਉਸਤਾਦ ਕਹਿ ਗਿਆ ਹੈ ਤੈਨੂੰ ਤਾਰਨ ਆਊਗਾ। ਇੱਕ ਵਾਰ ਪੜੋਗੇ, ਗੁਰ ਤਾਰ ਤਾਰਨ ਹਾਰਿਆ ਗੁਰ, ਤੁਸੀਂ ਵੀ ਪਾਓ ਹਾਂ ਤਰਲਾ ਪਲਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਓ, ਗੁਰ ਤਾਰ ਤਾਰਨ ਹਾਰਿਆ ਗੁਰ, ਤਾਰ ਤਾਰਨ ਹਾਰਿਆ ਗੁਰ, ਚਿਰ ਪੋਤਰਾ ਵੀ ਜਾਂਦਾ ਰਿਹਾ ਤੇ ਰੋਜ਼ ਆਉਂਦੇ ਨੇ ਰਾਜ ਖਲੋਤੇ ਹੋਣਾ ਉੱਠ ਕੇ ਮੰਜੇ ਤੋਂ ਤੇ ਆਖਣਾ, ਬੇਟਾ ਜੰਗਲ ਵਿੱਚੋਂ ਮਿਲਿਆ,
ਸਮਝ ਰਹੇ ਹੋ ਨਾ, ਸੁੱਤ ਟਿਕੀ ਆ ਨਾ ਜੰਗਲ ਵਿੱਚ, ਉਹ ਮਿਲਿਆ ਜੇ ਪੁੱਤਰ ਇਹਨੇ ਆਖਣਾ ਨਹੀਂ ਦਾਦਾ ਤੈਨੂੰ ਕੋਈ ਗਲਤ ਕਹਿ ਗਿਆ, ਕਹਿੰਦਾ ਮੇਰੀ ਆਤਮਾ ਕਹਿੰਦੀ ਹੈ ਵੀ ਮੈਨੂੰ ਦੱਸਣ ਵਾਲੇ ਨੇ ਗਲਤ ਨਹੀਂ ਦੱਸਿਆ, ਉਹਦੇ ਦੀਦਾਰ ਮੈਨੂੰ ਹੋਣੇ ਨੇ। ਇੱਕ ਦਿਨ ਭਾਗਾਂ ਵਾਲਾ ਐਡਾ ਕੁ ਸੀ ਪੁੱਤਰਾ, ਉੱਠ ਕੇ ਵਿਖਾਦੇ ਫਤਿਹ ਬੁਲਾ ਸਕਣ, ਇਤਿਹਾਸ ਵਿੱਚ ਇੰਨਾ ਹੀ ਭਾਈ ਵਾਹਿਗੁਰੂ ਸਿੰਘ ਨੇ ਲਿਖਿਆ ਫਤਿਹ ਬੁਲਾ ਸਕਣ ਐਡਾ ਕੀ ਦੱਸਿਆ ਵੀ ਐਡਾ ਕੁ ਪੁੱਤਰਾ ਸੀ। ਪੱਜਾ ਆਇਆ, ਪੱਜਾ ਆਇਆ ਦਾਦਾ, ਹੁਣ ਤੇ ਤੁਸੀਂ ਦਾਦਾ ਨੀ ਕਹਿੰਦੇ ਦਾਦੂ ਕਹਿੰਦੇ, ਸ਼ਬਦ ਹੀ ਵਿਗਾੜਤਾ। ਮਾਮਾ ਸ਼ਬਦ ਸੀ ਮਾਮੂ, ਚਾਚਾ ਸ਼ਬਦ ਸੀ ਚਾਚੂ, ਇਹ ਤੁਹਾਡਾ ਬਣਿਆ ਹੁਣ, ਇਹ ਤੁਹਾਡੀਆਂ ਸ਼ਕੀਨੀਆਂ ਨੇ। ਸ਼ਬਦ ਦੀ ਬੇਅਦਬੀ ਕਰੋਗੇ ਤੁਹਾਡੀ ਵੀ ਬੇਅਦਬੀ ਹੋਊਗੀ, ਤੁਹਾਨੂੰ ਕਿ ਸਿੱਖ ਨਹੀਂ ਆਖੂਗਾ। ਸ਼ਬਦ ਨੂੰ ਸ਼ਬਦ ਹੀ ਰਹਿਣ ਦਿਓ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਪਾਗਲਾ ਤੋਂ ਪਾਗਲ ਉਹ ਵਚਨ ਹੈ ਜਿਹੜੇ ਸ਼ਬਦ ਗੁਰਬਾਣੀ ਚ ਚਾਚਾ ਲਿਖਿਆ, ਮਾਮਾ ਲਿਖਿਆ, ਮਾਮੇ ਤੇ ਮਮਾਣੀਆਂ, ਪਾਇਰ ਬਾਪ ਨਾਮ ਸਭ ਕੁਝ ਲਿਖਿਆ। ਦਾਦਾ ਭੱਜ, ਦਾਦਾ ਭੱਜ, ਉਹਨੇ ਛੇਤੀ ਨਾਲ ਪ੍ਰਵੱਟੇ ਤਾਂ ਚੁੱਕੇ, ਪ੍ਰਵੱਟੇ ਥੱਲੇ ਆਣ ਚੁੱਕੇ ਸੀ, 108 ਸਾਲ ਦਾ ਹੋ ਗਿਆ, ਲੱਤਾਂ ਸੁੱਕ ਚੁੱਕੀਆਂ ਸੀ, ਤੁਰ ਕੇ ਫੜ ਕੇ ਠੁੰਡੀ ਨਾ ਤੁਰਦਾ ਸੀ, ਮੋਢੇ ਤੇ ਹੱਥ ਰੱਖਿਆ, ਕਹਿੰਦਾ ਦੱਸ ਦੱਸ ਆ ਗਿਆ। ਹਾਂ ਦਾਦਾ, ਉਹ ਜਮੁਨਾ ਨਦੀ ਦੇ ਕੰਢੇ ਤੇ ਆਇਆ ਤੇ ਉਹਨੇ ਪਲੰਘ ਡਾਇਆ, ਉਹਦੇ ਨਾਲ ਬੜੇ ਸਿੰਘ ਨੇ, ਮੈਂ ਵੇਖ ਕੇ ਆਇਆ, ਉਹਦੇ ਪਿੱਛੇ ਜਿਹੜਾ ਘੋੜਾ ਖਲੋਤਾ ਉਹਦਾ ਰੰਗ ਨੀਲਾ ਹੈ। ਦਾਦਾ ਮੇਰੇ ਮਨ ਵਿੱਚ ਅਜੇ ਸੰਕਲਪ ਪੈਦਾ ਹੋਇਆ, ਧਿਆਨ ਦਿਓ ਖਾਲਸਾ ਜੀ ਤੇ ਵੇਖੋ, ਮੇਰੇ ਅੰਦਰ ਸੰਕਲਪ ਪੈਦਾ ਹੋਇਆ, ਘੋੜਾ ਤੇ ਮੈਂ ਵੇਖ ਲਿਆ, ਬਾਹਾਂ ਨਹੀਂ ਵੇਖੀਆਂ, ਪਤਾ ਨਹੀਂ ਲੱਗਾ ਵੀ ਬਾਹਾਂ ਗੋਡਿਆਂ ਤੋਂ ਲੰਮੀਆਂ ਨੇ ਕਿ ਨਹੀਂ। ਦਾਦਾ ਇੱਕ ਮਿੰਟ ਦੀ ਕਹਾਣੀ, ਉਹ ਉੱਠ ਕੇ ਖਲੋ ਗਿਆ, ਉੱਠ ਕੇ ਖਲੋ ਕੇ ਉਹ ਆਪਣੇ ਸਿੰਘਾਂ ਦੇ ਨਾਲ ਜਮੁਨਾ ਦੇ ਕੰਢੇ ਕੰਢੇ ਤੇ ਤੁਰ ਪਿਆ, ਤੇ ਮੈਂ ਵੇਖਿਆ ਉਹਦੀਆਂ ਬਾਹਾਂ ਗੋਡਿਆਂ ਤੋਂ ਲੰਮੀਆਂ ਸੀ, ਉਹਦੇ ਬਾਜ ਕਦੀ ਚੜ ਜਾਂਦਾ ਸੀ, ਕਦੀ ਉੱਤਰ ਜਾਂਦਾ ਸੀ, ਕਦੀ ਉੱਡ ਜਾਂਦਾ, ਫਿਰ ਹਲਕੇ ਬਹਿ ਜਾਂਦਾ ਸੀ, ਤੇ ਬੜੇ ਚੋਜ ਸੀ ਉਹਦੇ, ਬੜਾ ਨੂਰ ਸੀ, ਚਿਹਰੇ ਤੇ ਕਲਗੀ ਵੀ ਹੈਗੀ ਸੀ, ਕਿਤੇ ਉਹ ਹੀ ਨਾ ਹੋਵੇ, ਚੱਲ ਮੈਂ ਤੈਨੂੰ ਉੱਥੇ ਲੈ ਤੁਰਾਂ। ਲਾਲਸ਼ਾਹ ਫਕੀਰ ਮੁਸਲਮਾਨ ਭੱਜ ਪਿਆ ਨਾਲ, ਕਦੀ ਡਿੱਗਾ, ਕਦੀ ਉੱਠਿਆ, ਕਦੀ ਡਿੱਗਾ, ਇੱਧਰ ਸਰਕਾਰ ਪਲੰਘ ਤੇ ਬੈਠੀ, ਵੇਖਿਆ ਕੋਈ ਨਦੀ ਭੱਜੀ ਆਉਂਦੀ, ਕੀ ਕਿਧਰ ਨੂੰ, ਸਮੁੰਦਰ ਵੱਲ ਨੂੰ ਭੱਜੀ ਆਉਂਦੀ ਨਦੀ, ਕਿਤੇ ਅੜਕ ਨਾ ਜਾਵੇ, ਸਮਾਂ ਰੋਕ ਨਾ ਦੇ, ਪਲੰਘ ਤੋਂ ਉੱਠ ਕੇ ਭੱਜਿਆ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਉਹਦੇ ਵੱਲ ਅਗਲ ਵਾਂਢੀ ਚਲੇ ਗਿਆ। ਇਤਰਾ ਬਾਹਾਂ ਕਰਤੀਆਂ, ਡਿੱਗਣੀ ਲੱਗਾ ਸੀ, ਕਲੇਜੇ ਨਾਲ ਲਾ ਲਿਆ, ਕਲੇਜੇ ਨਾਲ ਲਾ ਕੇ ਲੰਮੇ ਦਾੜੇ ਨੂੰ ਹੱਥ ਨਾਲ ਫੜ ਕੇ ਆਖਿਆ, ਪੀਰ ਜੀ ਇੰਨਾ ਪਿਆਰ ਮੇਰੇ ਵੱਲ ਨੂੰ ਭੱਜੇ ਆ ਰਹੇ ਹੋ, ਕੀ ਚਾਹੀਦਾ ਮੇਰੇ ਕੋਲੋਂ? ਬਸ ਚਾਹੀਦਾ ਤਾਂ ਕੁਛ ਨਹੀਂ, ਦਰਸ਼ਨ ਭੇਟ ਤੂੰ ਉਤਰੀ ਪੁੱਕ। ਉਹ ਕਹਿੰਦਾ ਸੀ ਤੈਨੂੰ ਮਿਲੂੰਗਾ, ਤੇਰਾ ਬੇੜਾ ਬੰਨੇ ਲਾ ਜੂੰਗਾ, ਮਹਾਰਾਜ ਕਿਰਪਾ ਕਰੋ ਇਸ ਭਵਜਲ ਨਦੀ ਵਿੱਚੋਂ ਮੇਰਾ ਬੇੜਾ ਪਾਰ ਲਾ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲ ਨਾ ਲਾ ਕੇ ਆਖਿਆ, ਲਾਲਚਾ ਬੇੜਾ ਤਾਂ ਲੱਗ ਗਿਆ ਬੰਨੇ, ਬੇੜਾ ਤਾਂ ਬੰਨੇ ਲੱਗ ਗਿਆ ਜਦੋਂ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਦੀਦਾਰ ਹੋ ਗਏ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਫਿਰ ਦੁਬਾਰਾ ਨਹੀਂ, ਬੇੜਾ ਤਾਂ ਬੰਨੇ ਲੱਗ ਗਿਆ, ਹੋਰ ਕੁਝ ਮੰਗ? ਨਹੀਂ ਪਿਤਾ ਜੀ, ਹੋਰ ਕੁਛ ਨਹੀਂ ਚਾਹੀਦਾ, ਤੇਰੇ ਦੀਦਾਰ ਹੋ ਗਏ, ਅੱਗੇ ਕੁਛ ਨਹੀਂ ਚਾਹੀਦਾ। ਮਹਾਰਾਜ ਨੇ ਫਿਰ ਤੀਸਰੀ ਵਾਰ ਆਖਿਆ, ਗੁਰੂ ਨਾਨਕ ਸਾਹਿਬ ਦਾ ਘਰ ਖੁੱਲ੍ਹਾ ਹੈ, ਦੱਸ ਕੋਈ ਹੋਰ ਚੀਜ਼ ਚਾਹੀਦੀ ਉੱਤੇ? ਫਿਰ ਇੱਕ ਚੀਜ਼ ਹੋਰ ਮੰਗ ਲਈ, ਧਿਆਨ ਦਿਓ, ਇੱਕ ਚੀਜ਼ ਹੋਰ ਮੰਗ ਲਈ,
ਕਹਿੰਦਾ ਮਹਾਰਾਜ ਮੈਂ ਮੁਸਲਮਾਨ ਹਾਂ, ਅੱਕ ਵਾਹਿਗੁਰੂ ਕੀ ਆਖਿਆ, ਮੈਂ ਮੁਸਲਮਾਨ ਹਾਂ, ਮੇਰੀ ਦੇਹ ਨੂੰ ਸਾੜਨਾ ਨਹੀਂ ਗਾ, ਮੇਰੀ ਦੇਹ ਨੂੰ ਦੱਬਣਾ ਹੈ, ਅਤੇ ਮੇਰੀ ਇਹ ਅਰਦਾਸ ਆ ਫਿਰ ਮੇਰੀ ਦੇਹ ਨੂੰ ਤੇਰੇ ਪੌਂਡਾ ਸਾਹਿਬ ਦੇ ਦਰਸ਼ਨ ਹੋਣ, ਤੇਰੇ ਦਰਸ਼ਨ ਹੁੰਦੇ ਰਹਿਣ। ਹੁਣ ਆਇਓ ਕਦੀ ਪੌਂਡਾ ਸਾਹਿਬ ਤੇ ਧਿਆਨ ਦਿਓ, ਗੁਰਦੁਆਰਾ ਸਾਹਿਬ ਤੋਂ ਜਮੁਨਾ ਨਦੀ ਤੋਂ ਪਾਰਲੇ ਪਾਸੇ ਵੇਖੋਗੇ ਨਾ, ਤੁਹਾਨੂੰ ਹੈਦਰੀ ਨਿਸ਼ਾਨ ਝੁਲਦਾ ਦਿਸੂਗਾ, ਉਸ ਫਕੀਰ ਦੀ ਕਬਰ ਦੇ ਉੱਤੇ ਆ। ਰਹਿੰਦੀ ਦੁਨੀਆ ਤੱਕ ਉਹਦੀ ਕਬਰ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੀਦਾਰ ਹੋਣਗੇ, ਐਸਾ ਦਿਆਲੂ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ, ਇਹੀ ਸਵਾਉ, ਹੋਰ ਕੋਈ ਸਵਾਰਥੀ ਨਹੀਂ ਰਹਿ ਗਿਆ। ਨੇਤਰੋਂ ਪੇਖ ਦਰਸ ਸੁਖ ਹੋਏ, ਅੱਖਾਂ ਨਾਲ ਵੇਖ ਲਿਆ ਤਾਂ ਕੀ ਮਿਲ ਗਿਆ, ਸੁਖ ਮਿਲ ਗਿਆ। ਮਨ ਵਿਕਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਇੱਕੋ ਹੀ ਰੰਗ ਚੜਿਆ ਹੈ ਕਾਹਦਾ ਨਾਮ ਦਾ, ਬਿਰਲਾ ਕੋ ਪਾਵੈ ਸੰਗ, ਏਕ ਬਸਤ ਦੀਜੇ ਕਰ ਮਾਇਆ, ਮਾਇਆ ਮਣੇ ਕਿਰਪਾ, ਬੋਲੋ ਮਾਇਆ, ਮਾਇਆ ਜਿੱਥੇ ਉਹ ਦਇਆ ਮਾਇਆ, ਠਾਕੁਰ ਕੀ ਇਤਨਾ ਲਿਖਿਆ, ਮਾਇਆ ਦਾ ਅਰਥ ਵੀ ਦਇਆ, ਪਰਮੇਸ਼ਵਰ ਦੀ ਮਿਹਰ ਹੋਣੀ। ਏਕ ਬਸਤ ਦੀਜੇ ਕਰ ਮਾਇਆ, ਕੀ ਚਾਹੀਦਾ ਜੀ, ਗੁਰਪ੍ਰਸਾਦ ਨਾਮ ਜਪ ਲਿਆ, ਤੁਹਾਡੀ ਕਿਰਪਾ ਹੋ ਜੇ ਤੇ ਮੈਂ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਆਖਿਆ ਜਿਹਦੀਆਂ ਗੱਲਾਂ ਸੁਣਾਉਣਾ ਹੈ, ਜਿਸ ਦੀ ਗੱਲ ਕਰ ਰਿਹਾ ਹੈ, ਜਿਹਦੀ ਕਿਰਪਾ ਨਾਲ ਨਾਮ ਜਪਿਆ, ਉਹ ਕਿੰਨਾ ਕੁ ਮਹਾਨ ਆ। ਕਹਿੰਦੇ ਤਾਂ ਕਿ ਉਪਮਾ ਕਹੀ ਨਾ ਜਾਏ, ਜਿਹੜਾ ਬੋਲ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਬੋਲੋ ਉਪਮਾ ਜਾਤ ਨਾ ਕਹੀ ਮੇਰੇ ਪਰਮੇਸ਼ਵਰ ਦੀ ਕੋਈ ਉਪਮਾ ਜਾਤ ਨਹੀਂ, ਕਹੀ ਨਹੀਂ ਜਾ ਸਕਦੀ। ਜਾਤ ਦਾ ਮਤਲਬ ਕਹੀ ਨਹੀਂ ਜਾ ਸਕਦੀ। ਪਰਮੇਸ਼ਵਰ ਦੀ ਕੀ ਉਪਮਾ ਕਰੋਗੇ, ਰੱਬ ਦੀ ਕੀ ਸਿਫਤ ਕਰੋਗੇ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਦਾਨਾ। ਇੱਕ ਦੋ ਚਾਰ ਪੰਜ ਦੀ ਗੱਲ ਹੋਵੇ, ਜਦੋਂ ਤੂੰ ਹੈ ਗੁਣਾਂ ਦਾ ਖਜ਼ਾਨਾ ਹੈ, ਤੇ ਤੇਰੇ ਗੁਣਾਂ ਦੀ ਮੈਂ ਕੀਮਤ ਕੀ ਪਾਵਾਂ, ਕੀ ਆਖਾਂ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਪੂਜ ਭਗਵਾਨ। ਤਾਂ ਕਿ ਉਪਮਾ ਕਹੀ ਨਾ ਜਾਏ, ਉਹਨੇ ਕਿਹਾ ਰਹਿੰਦਾ ਕਿੱਥੇ ਅਜੇ ਦੀ ਇੰਨੀ ਸਿਫਤ ਕਰ ਰਿਹਾ। ਨਾਨਕ ਸਾਹਿਬ ਜੀ ਕਹਿ ਰਹਿਆ ਸਰਬ ਸਮਾਏ, ਸਾਰੀ ਜਗ੍ਹਾ ਤੇ ਸਮਾਇਆ ਪਿਆ, ਉਹਨੂੰ ਲੱਭਣਾ ਨਹੀਂ ਪੈਂਦਾ।
ਵੇਖੋ ਅਸੀਂ ਵੀ ਲੋਕਾਂ ਨੂੰ ਮੈਸੇਜ ਦੇਣਾ ਸੀ ਵੀ ਉਹਨੂੰ ਅਸੀਂ ਲੱਭਣ ਡੇ। ਜਿੰਨੇ ਸਿੱਖਾਂ ਵਿੱਚ ਡੇਰੇ ਖੁੱਲੇ ਨੇ ਰੱਬ ਨੂੰ ਬੁਲਾਉਣ ਦੇ, ਕੋਈ ਗਲਤ ਤਾਂ ਨਹੀਂ ਕਹਿ ਰਿਹਾ ਜੀ, ਬੋਲੋ। ਨਹੀਂ ਨਹੀਂ ਵੇਖੋ, ਜੇ ਤਾਂ ਤੁਹਾਡੇ ਵਿੱਚੋਂ ਕੋਈ ਘੁੱਟਿਆ ਹੈ ਵੀ ਡੇਰੇ ਦੀ ਗੱਲ ਕਿਉਂ ਕੀਤੀ ਤੇ ਮੈਂ ਹੁਣ ਛੱਡ ਹੀ ਦਿੱਤੀ ਆ, ਲੋਕ ਹਟਦੇ ਤੇ ਹੈ ਨਹੀਂ, ਲੋਕ ਡੇਰਿਆਂ ਤੇ ਜਾਣੋ ਦਿਨੋ ਦਿਨ ਗਿਣਤੀ ਵੱਧਦੀ ਆ, ਘਟਦੀ ਨਹੀਂ। ਚਲੋ ਜਿੰਨੇ ਸਾਡੇ ਵਿੱਚ ਘਰ ਖੁੱਲੇ ਨੇ, ਜਿੰਨੇ ਸਾਡੇ ਵਿੱਚ ਡੇਰੇ ਲੱਭੇ ਨੇ ਖੁੱਲੇ ਨੇ, ਇਸ ਕਰਕੇ ਵੀ ਆਓ ਰੱਬ ਮਿਲਾਈਏ। ਉਹ ਕਹਿੰਦਾ ਨਾਨਕ ਰਿਹਾ ਸਰਬ ਸਮਾਏ, ਸਾਰਿਆਂ ਦੇ ਵਿੱਚ ਸਮਾਇਆ ਪਿਆ ਏ। ਤੂੰ ਆਖੇ ਵੀ ਮੈਂ ਪਾਣੀ ਨਹੀਂ ਵੇਖਿਆ, ਕਹਿੰਦਾ ਪਾਣੀ ਤੇਰੇ ਅੰਦਰ ਵੀ ਹੈਗਾ, ਅੰਤਰ ਬਸੇ ਬਾਹਰ ਵੀ ਹੋਈ। ਮੈਂ ਹਵਾ ਨਹੀਂ ਵੇਖੀ, ਉਹ ਕਹਿੰਦਾ ਹਵਾ ਤੇਰੇ ਅੰਦਰ ਵੀ ਆ, ਹਵਾ ਤੇਰੇ ਬਾਹਰ ਵੀ ਹੈ। ਵੇਖੋ ਹੈਗੀ ਕਿ ਨਹੀਂ, ਅੰਦਰ ਸਵਾਸ ਹੈਗੇ ਤੇ ਤੁਸੀਂ ਜੀਂਦੇ ਹੋ, ਤੇ ਬਾਹਰ ਵੀ ਚਾਰ ਚੁਫੇਰੇ ਹਰ ਜਗ੍ਹਾ ਤੇ ਹਵਾ ਹੈਗੀ ਕਿ ਨਹੀਂ। ਤੁਸੀਂ ਆਖੋ ਮੈਂ ਹਵਾ ਨਹੀਂ ਵੇਖੀ ਅੱਜ ਤੱਕ, ਜਿਤਨਾ ਤੁਸੀਂ ਕਹਿੰਦੇ ਮੈਂ ਹਵਾ ਨਹੀਂ ਅੱਜ ਤੱਕ ਵੇਖੀ, ਇਤਨਾ ਹੀ ਤੁਸੀਂ ਕਹਿੰਦੇ ਮੈਂ ਗੁਰੂ ਨਹੀਂ ਵੇਖਿਆ। ਜਿਤਨਾ ਹਵਾ ਤੁਹਾਡੇ ਵਿੱਚ 24 ਘੰਟੇ ਮੌਜੂਦ ਆ, ਇਤਨਾ ਗੁਰੂ 24 ਘੰਟੇ ਤੁਹਾਡੇ ਵਿੱਚ ਮੌਜੂਦ ਆ। ਇੰਨੀ ਫਰਕ ਆ, ਹਵਾ ਨੂੰ ਵੇਖਿਆ ਨਹੀਂ ਜਾਂਦਾ, ਹਵਾ ਨੂੰ ਮਾਣਿਆ ਜਾਂਦਾ ਹੈ। ਉਹਦੇ ਕਰਕੇ ਅਸੀਂ ਜੀਂਦੇ ਹਾਂ, ਕਾਹਦੇ ਕਰਕੇ? ਪੌਣ ਗੁਰੂ, ਦੋਵੇਂ ਚੀਜ਼ਾਂ ਸਾਡੇ ਨਾਲ ਹੀ ਨੇ, ਪਿਓ ਵੀ ਨਾਲ ਆ, ਮਾਤਾ ਵੀ ਨਾਲ ਆ, ਸਾਰਾ ਕੁਝ ਨਾਲ ਆ, ਗੁਰੂ ਵੀ ਨਾਲ ਆ। ਹੱਥ ਜੋੜ ਕੇ ਬੇਨਤੀ ਹੈ ਅੱਜ ਦੇ ਜ਼ਮਾਨ ਵਿੱਚੋਂ, ਚਲੋ ਬਹੁਤਾ ਨਹੀਂ ਇੰਨਾ ਕੁ ਪੱਲੇ ਫੜ ਕੇ, ਰੱਬ ਲੱਭਣ ਵਾਲੀ ਚੀਜ਼ ਨਹੀਂ, ਬੋਲੋ ਭਲਾ ਮੈਂ ਕੀ ਕਿਹਾ? ਜੈ ਜੈ ਵੇਖੋ ਰੱਬ ਹਰ ਜਗ੍ਹਾ ਤੇ ਆ, ਹਰ ਜਗ੍ਹਾ ਤੇ, ਹਰ ਘੜੀ, ਹਰ ਸਵਾਸ ਨਾਲ ਤੇਰੇ ਅੰਦਰ ਹੀ ਬੈਠਾ ਹੈ। ਸੱਚਮੁੱਚ ਤੂੰ ਉਹਦੀ ਕਿਰਪਾ ਨਾਲ ਚੱਲ ਰਿਹਾ। ਆਖੋ ਵਾਹਿਗੁਰੂ, ਜਿਹੜੀ ਤੇਰੇ ਅੰਦਰ ਐਨਰਜੀ ਆ ਨਾ, ਜਿਹੜੀ ਤੈਨੂੰ ਤੋਰ ਰਹੀ ਆ, ਇਹ ਰੱਬ ਆ। ਰੱਬ ਕਰਕੇ ਜਿਦਨ ਉਹ ਐਨਰਜੀ ਤੇਰੇ ਚੋਂ ਬਾਹਰ ਹੋ ਗਈ, ਤੂੰ ਮਿੱਟੀ ਦੀ ਢੇਰੀ ਹੋ ਜਾਣਾ, ਉੱਠਿਆ ਵੀ ਨਹੀਂ ਜਾਣਾ, ਬੋਲਿਆ ਵੀ ਨਹੀਂ ਜਾਣਾ। ਆਖੋ ਵਾਹਿਗੁਰੂ। ਇੱਕ ਵਜਨ ਕਰਕੇ ਸਮਾਪਤੀ ਕਰਨਾ, 2 ਮਿੰਟ ਮੈਨੂੰ ਦੇ ਦਿਓ, 2 ਵੀ ਨਹੀਂ, 1 ਹੀ ਟਾਈਮ ਦਿਓ। ਇੱਕ ਬੰਦਾ ਪਾਣੀ ਦੇ 2-3 ਗਲਾਸ ਘੱਟ ਘੱਟ ਕਰਦੇ ਪੀ ਜਾਂਦਾ ਹੈ, ਹਾਜ਼ਰ ਰਿਹੋ ਜੀ, ਟਾਈਮ ਦਾ ਰੌਲਾ ਨਾ ਪੈ ਜੇ ਅੰਦਰ, ਮੈਂ ਤਾਂ ਤੁਹਾਨੂੰ ਪੱਕਿਆਂ ਪ੍ਰਪੇਅਰ ਕਰ ਰਿਹਾ। ਇੱਕ ਬੰਦਾ 2-3 ਗਲਾਸ ਪਾਣੀ ਦੇ ਘੱਟ ਘੱਟ ਕਰਕੇ ਪੀ ਗਿਆ, 1 ਘੜੀ ਆਈ, ਸਵਾਸ ਬੰਦ ਹੋ ਗਿਆ, ਚਿਮਚਾ ਪਾਇਆ ਮੂੰਹ 'ਚ ਪਾਣੀ ਦਾ, ਪੈ ਗਿਆ, ਲੈ ਗਿਆ ਅੰਦਰ। ਕਿਉਂ? ਹੁਣ ਕਿਉਂ ਕਹਿੰਦੇ ਭੈਣ ਜੀ ਪਾਣੀ ਦਾ ਚਿਮਚਾ ਪਾਇਆ ਸੀ, ਅੰਦਰ ਹੀ ਨਹੀਂ ਗਿਆ? ਅੰਦਰ ਜਿਹੜਾ ਪਾਣੀ ਦਾ ਚਿਮਚਾ ਖੜਦਾ ਸੀ ਉਹ ਵਿੱਚੋਂ ਉੱਠ ਖਲੋਤਾ ਆਇਆ, ਨਹੀਂ ਪਤਾ ਲੱਗਾ। ਜਿਹੜਾ ਗੱਟ ਗੱਟ ਕਰਦਾ ਦੁੱਧ ਦਾ ਗਲਾਸ ਪੀਂਦਾ ਸੀ, ਪਾਣੀ ਪੀਂਦਾ ਸੀ ਨਾ, ਉਹ ਵਿੱਚੋਂ ਉਹਦੇ ਵਿੱਚ ਹੀ ਸਭ ਕੁਛ ਆ, ਉਹੀ ਤੇਰੇ ਅੰਦਰ ਪੀ ਰਿਹਾ ਹੈ, ਉਹੀ ਤੇਰੀ। ਭਾਈ ਆਨੰਦ ਲਾਲ ਸਾਹਿਬ ਕਹਿੰਦੇ ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ, ਨਹੀਂ ਪਤਾ ਲੱਗਾ? ਰੂਹ ਜਿਹੜੀ ਹਰ ਅੰਦਰ ਰੂਹ ਬੋਲਦੀ, ਕਹਿੰਦੇ ਹਰ ਜਿਸਮ ਹਰ ਸਰੀਰ ਵਿੱਚ ਉਹ ਜਿਹੜੀ ਰੂਹ ਆ ਗੁਰੂ ਗੋਬਿੰਦ ਸਿੰਘ ਸਾਹਿਬ ਆ। ਰੂਹ ਹਰ ਦਰ ਚਸ਼ਮ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਹਰ ਅੱਖ ਵਿੱਚ ਜਿਹੜਾ ਵੇਖ ਰਿਹਾ ਉਹ ਗੁਰੂ ਗੋਬਿੰਦ ਸਿੰਘ ਹੀ ਵੇਖ ਰਿਹਾ, ਹੁਣ ਲੱਭਦੇ ਕਿਹਨੂੰ ਜੇ? ਨਹੀਂ ਪਤਾ ਲੱਗਾ, ਇੱਕ ਵਾਰ ਮੈਨੂੰ ਸਿਰ ਲਾ ਕੇ ਦੱਸੋ ਪਤਾ ਲੱਗਾ ਕਿ ਨਹੀਂ। ਸੁਖਮਨੀ ਸਾਹਿਬ ਦੇ ਵਿੱਚ ਵੇਖੋ, ਸਰਬ ਭੂਤ ਭੂਤ ਮਿੰਜ ਸਰੀਰ 5 ਭੂਤਕ, ਇਹਦੇ ਵਿੱਚ ਕੌਣ ਬੋਲ ਰਿਹਾ, ਕੌਣ ਕਰ ਰਿਹਾ? ਆਪ ਵਰਤਾਰਾ, ਆਪ ਹੀ ਵਾਹਿਗੁਰੂ ਪਰਮੇਸ਼ਰ ਆ।
ਸਰਬ ਨੈਣ, ਹਰ ਅੱਖ ਦੇ ਵਿੱਚ ਉਹ ਵੇਖਦਾ, ਤੁਸੀਂ ਕਹਿੰਦੇ ਮੈਂ ਵੇਖਿਆ। ਗੁਰੂ ਕਿਰਪਾ ਕਰੇ, ਦੂਰ ਨਹੀਂ ਗਾ, ਰੱਬ ਨੂੰ ਲੱਭਣ ਵਾਲੀ ਚੈਪਟਰ ਅੱਜ ਤੋਂ ਖਤਮ ਕਰ ਦਿਓ। ਰੱਬ ਲੱਭਿਆ ਹੈ, ਰੱਬ ਹਾਜ਼ਰ ਹਜ਼ੂਰ ਹੈ, ਵਾਹਵਾ ਬਾਣੀ ਨਿਰੰਕਾਰ ਦੇ ਰੂਪ ਚ ਵੀ ਆ, ਬਾਣੀ ਗੁਰੂ ਗੁਰੂ ਦੇ ਰੂਪ ਵਿੱਚ ਹੀ ਸਾਡੇ ਕੋਲ ਆ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਮਾਂ ਬਰਬਾਦ ਨਾ ਕਰੋ, ਜਿਹੜੀ ਚੀਜ਼ ਲੱਭੀ ਆ ਉਹਦੇ ਹੁਣ ਭੇਤ ਨੂੰ ਜਾਣਨ ਲਈ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਰੱਬ ਦਾ ਨਾਮ ਜਪੋ, ਅੰਦਰੋਂ ਹੀ ਸਾਰਾ ਗਿਆਨ ਹੋ ਜਾਣਾ ਹੈ। ਬਾਹਰੋਂ ਕਿਤੇ ਗਿਆਨ ਨਹੀਂ ਪਾਇਆ ਜਾ ਸਕਦਾ, ਗਿਆਨ ਉਹ ਆ ਜਿਹੜਾ ਤੇਰੇ ਅੰਦਰੋਂ ਉੱਠੇ। ਪ੍ਰਭ ਕਾ ਸਿਮਰਨ, ਗਿਆਨ, ਧਿਆਨ, ਇਹ ਤੱਤ ਬੁੱਧੀ, ਗਿਆਨ, ਧਿਆਨ ਸਾਰਾ ਵਿੱਚੋਂ ਨਿਕਲਣਾ ਹੈ। ਤੁਸੀਂ ਮੈਨੂੰ ਦੱਸੋ, ਫੁੱਲ ਵਿੱਚੋਂ ਖੁਸ਼ਬੋ ਸਰਿੰਜਣਾ ਪਾਈ ਦੀ ਕਿ ਅੰਦਰੋਂ ਨਿਕਲਦੀ? ਬੋਲੋ, ਇੰਨੇ ਕੁ ਨਾ ਹੀ ਮਸਲਾ ਹੱਲ ਹੁੰਦਾ। ਜੇ ਫੁੱਲ ਚੋਂ ਖੁਸ਼ਬੋ ਅੰਦਰੋਂ ਹੀ ਉੱਠਦੀ ਹੈ ਨਾ, ਤੇ ਰੱਬ ਦੀ ਖੁਸ਼ਬੋ ਵੀ ਤੇਰੇ ਅੰਦਰੋਂ ਹੀ ਉੱਠਣੀ ਆ ਸਿੱਖਾ, ਬਾਹਰੋਂ ਨਹੀਂ ਉਹ ਕਿਸੇ ਸਰਿੰਜ ਨਾ ਪਾਉਣੀ। ਫੁੱਲਾਂ ਨਾ ਚਤਾਰਨੀ ਆ ਜੀ, ਅਸੀਸ ਬਖਸ਼ੋ, ਰਾਤ ਦੇ ਦੀਵਾਨ ਅੱਜ ਪੂਰੇ ਹੋ ਗਏ ਨੇ, ਕੱਲ੍ਹ ਇੱਕ ਦਿਨ ਹੈ 12:30 ਤੋਂ, 12:30 ਤੋਂ 1:30 ਤੱਕ ਫਿਰ ਆਪ ਜੀ ਦੇ ਜੋੜੇ ਝਾੜਨੇ ਨੇ, ਸਮੇਂ ਸਿਰ ਆਇਓ। ਸਾਰਿਆਂ ਨੂੰ ਗੁਰੂ ਅੰਮ੍ਰਿਤ ਵੇਲੇ ਉਠਾਵੇ, ਉੱਚਾ ਤੇ ਸੁੱਚਾ ਜੀਵਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।